नमस्कार, हलचल में आपका स्वागत है। सबसे पहले नजर डालते अपने शहर और आसपास की हलचल पर। अमृतसर में 88 फीटी रोड पर एक स्थानीय दुकानदार ने एक बिजली मैकेनिक को जबरदस्ती ट्रांसफार्मर पर चढ़ा दिया। करंट लगने से युवक की हुई मौत। अमृतसर के कोर्ट रोड पर सब्जी कारोबारी के घर में हुई लूट के मामले को अमृतसर पुलिस ने सुलझाया। 7 आरोपियों को किया काबू। अमृतसर पुलिस ने गुप्त सूचना के आधार पर नाकाबंदी के दौरान एक युवक को किया गिरफ्तार। 5 किलो हेरोइन की बरामद। और अब हलचल विस्तार से। अमृतसर में 88 फीट रोड पर करंट लगने से एक युवक की मौत हो गई है। मृतक युवक इलेक्ट्रीशियन का काम करता था और उसे एक फोन आया था कि घर में बिजली नहीं आ रही है। जब इलेक्ट्रीशियन ने घर जाकर देखा तो पता चला कि घर में बिजली का कोई फॉल्ट नहीं था, फॉल्ट ट्रांसफार्मर में था। जिसके बाद दुकानदार ने बिजली विभाग से शिकायत करने की बजाय गुरमुख सिंह को ट्रांसफार्मर ठीक करने के लिए मजबूर किया और गुरमुख सिंह ने यह भी कहा कि यह बिजली विभाग का काम है, आप उन्हें इसकी शिकायत दें। लेकिन दुकानदारों ने उसे जबरन बिजली ठीक कराने को कहा, जिसके चलते जब वह ट्रांसफार्मर के ऊपर चढ़ा तो उसे करंट लग गया और वह नीचे गिर गया, जिससे उसके सिर में चोट आई और उसे अस्पताल में भर्ती कराया गया, जहाँ इलाज के दौरान उसकी मौत हो गई। इस मृतक के परिजनों ने पुलिस प्रशासन से न्याय की मांग की है। तो वहीं जब थाना सदर के पुलिस अधिकारी से बात की गई तो उन्होंने बताया कि उन्हें सूचना मिली थी कि प्राइवेट बिजली कर्मचारी गुरमुख सिंह की ट्रांसफार्मर पर चढ़ने से मौत हो गई है। उन्होंने अपने पुलिस अधिकारियों को मौके पर भेजा है और जांच चल रही है। जो भी दोषी पाया जाएगा उसके खिलाफ उचित कार्रवाई की जाएगी। अमृतसर से हलचल के लिए सुनील खोसला की रिपोर्ट। ਮੇਰਾ ਭਾਅ ਜੀ ਸਿਮਰਨ ਦਾ ਨਾਮ। ਹਾਂਜੀ, ਕੀ ਗੱਲ ਹੋਈ ਸੀ ਭਾਈ? ਇਹਨਾਂ ਨੇ ਬਿਜਲੀ ਦਾ ਕੰਮ ਕਰਦੇ ਸੀ, ਇਹਨਾਂ ਫੋਨ ਕੀਤਾ ਕਿ ਇੱਦਾਂ ਸਾਡੀ ਨਾ ਬਿਜਲੀ ਖਰਾਬ ਆ ਅਤੇ ਤੁਸੀਂ ਘਰ ਆਓ, ਅਤੇ ਗਏ ਆ ਮੁੜ ਕੇ ਇਹਨਾਂ ਨੇ ਵੇਖਿਆ ਪ੍ਰਾਈਵੇਟ ਸਾਡਾ। ਹਾਂਜੀ, ਅਤੇ ਕਹਿੰਦੇ ਰਹੇ ਕਿ ਕੰਮ ਕਰੋ। ਬਾਅਦ 'ਚ ਉੱਥੇ ਗਏ ਅਤੇ ਕਹਿੰਦੇ ਟਰਾਂਸਫਾਰਮਰ ਦਾ ਕੰਮ, ਕਹਿੰਦੇ ਇਹ ਮੇਰਾ ਸਾਡਾ ਕੰਮ ਨਹੀਂ ਹੈਗਾ, ਇਹ ਬਿਜਲੀ ਵਾਲਿਆਂ ਦਾ, ਦੂਜਿਆਂ ਦਾ ਕੰਮ। ਕਹਿੰਦੇ ਕਿ ਨਹੀਂ, ਅੱਜ ਸੰਡੇ ਆ, ਅੱਜ ਨਹੀਂ ਕੰਮ ਇਹ ਹੋਣਾ, ਅਤੇ ਤੂੰ ਕਰ ਚੜ ਪੌੜੀ। ਕਹਿੰਦੇ ਇੱਕ ਵਾਰੀ ਚੜ੍ਹੇ ਆ, ਬੇਟਾ ਮੇਰਾ ਦੱਸਦਾ, ਕਹਿੰਦੇ ਚੜ੍ਹੇ ਆ, ਫਿਰ ਉੱਤਰ ਗਏ ਕਿ ਮੇਰਾ ਹੱਥ ਨਹੀਂ ਪਹੁੰਚਦਾ, ਮੈਨੂੰ ਇਹ ਨਹੀਂ ਜਾਚ। ਕਹਿੰਦੇ ਤੁਸੀਂ ਚੜ੍ਹੋ ਚੜ੍ਹੋ, ਮੈਨੂੰ ਜਾਚ ਆ, ਮੇਰੀ ਲੱਤ ਦੁਖਦੀ, ਮੈਂ ਤਾਂ ਨਹੀਂ ਉੱਪਰ ਚੜ੍ਹਦਾ ਪਿਆ। ਅਤੇ ਸਾਡੇ ਇਨਸਾਫ ਕੀਤਾ ਜਾਏ ਭਾਅ ਜੀ। ਕੱਲ੍ਹ ਸਾਨੂੰ ਇੱਕ PI ਮਿਲੀ, ਪੁਲਿਸ ਇਨਫੋਰਮੇਸ਼ਨ ਮਿਲੀ ਸੀ ਹੋਸਪਿਟਲ ਤੋਂ ਕਿ ਗੁਰਮੁਖ ਸਿੰਘ ਨਾਮ ਦਾ ਵਿਅਕਤੀ ਜਿਹੜਾ, ਜਿਹਦੀ ਕਰੰਟ ਲੱਗਣ ਕਰ ਹੋਸਪਿਟਲ 'ਚ ਡੇਰੇ ਲੱਗ ਮੌਤ ਹੋ ਗਈ ਆ, ਅਤੇ IO ਭੇਜੋ। ਜਸਤੀ AC ਜਸਪਾਲ ਸਿੰਘ ਨੂੰ ਮੌਕੇ 'ਤੇ ਭੇਜਿਆ ਸੀ। AC ਜਸਪਾਲ ਸਿੰਘ ਵੱਲੋਂ ਇਹ ਉਹਦੀ ਪਤਨੀ ਸਿਮਰਨ ਦਾ ਜਿਹੜਾ ਉਹ ਸਟੇਟਮੈਂਟ ਰਿਕਾਰਡ ਕੀਤੀ ਗਈ। ਉਹ ਸਟੇਟਮੈਂਟ ਦੇ ਅਕੋਰਡਿੰਗ ਉਹਦਾ ਸਟੇਟਮੈਂਟ ਜਿਹੜਾ, ਇਹ ਗੱਲ ਸਾਹਮਣੇ ਆਈ ਕਿ ਵੀ ਗੁਰਮੁਖ ਸਿੰਘ ਇੱਕ ਪ੍ਰਾਈਵੇਟ ਤੌਰ 'ਤੇ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਮਿਤੀ 30/6/24 ਨੂੰ ਇਹ ਆਪਣੇ ਬੱਚੇ ਅਰਸ਼ਦੀਪ ਦੇ ਨਾਲ ਜਿਹੜਾ ਵਾ ਉਹ 88 ਫੁੱਟ ਰੋਡ ਤੋਂ ਆ ਰਿਹਾ ਸੀ, ਤਾਂ ਇਹਨਾਂ ਨੂੰ ਕਿਸੇ ਅਸ਼ਵਨੀ ਕੁਮਾਰ ਔਰ ਰਵੇਸ਼ ਕੁਮਾਰ ਨੇ, ਜੋ ਕਰਿਆਨੇ ਦਾ ਕੰਮ ਕਰਦੇ ਨੇ, ਉਹਨਾਂ ਨੇ ਫੋਨ ਕੀਤਾ ਵੀ ਉਹਨਾਂ ਦੀ ਡਾਇਟ ਖਰਾਬ ਹੋਈ ਆ ਘਰ ਪਹੁੰਚੋ। ਜਿਸ 'ਤੇ ਉਹ ਉਹਨਾਂ ਦੇ ਘਰ ਪਹੁੰਚਿਆ, ਘਰ ਪਹੁੰਚਣ 'ਤੇ ਪਤਾ ਲੱਗਾ ਵੀ ਘਰ ਦੇ ਵਿੱਚ ਕੋਈ ਵੀ ਲਾਈਟ ਦਾ ਕੋਈ ਫਾਟ ਨਹੀਂ ਹੈਗਾ। ਜਦੋਂ ਉਹਨੇ ਦੇਖਿਆ ਵੀ ਘਰ ਵਿੱਚ ਬਿਲਕੁਲ ਲਾਈਟ ਠੀਕ ਆ, ਤੁਸੀਂ ਇਸ ਤਰ੍ਹਾਂ ਕਰੋ ਆਪਣੀ ਕੋਈ ਬਾਹਰ ਚੈੱਕ ਕਰਵਾ ਲਓ। ਉਹਨਾਂ ਨੇ ਬਾਹਰ ਚੈੱਕ ਕਰਵਾਇਆ, ਪਤਾ ਲੱਗਾ ਵੀ ਟਰਾਂਸਫਾਰਮਰ ਤੋਂ ਕੁਝ ਫਾਲਟ ਜਿਹੜਾ ਨਜ਼ਰ ਆਇਆ। ਔਰ ਉਹ ਗੁਰਮੁਖ ਸਿੰਘ ਜਿਹੜਾ ਮ੍ਰਿਤਕ ਆ, ਉਹਨੇ ਇਹ ਵੀ ਗੱਲ ਕਹੀ ਵੀ ਇਹ ਜਿਹੜਾ ਗ੍ਰੈਂਡ ਟਰਾਂਸਫਾਰਮਰ ਦਾ ਕੰਮ ਨਹੀਂ ਕਰਨਾ, ਇਹ ਬਿਜਲੀ ਬੋਰਡ ਦਾ ਕੰਮ ਆ, ਤੁਸੀਂ ਬਿਜਲੀ ਬੋਰਡ ਦੇ ਇੰਪਲਾਈ ਬੁਲਾ ਕੇ ਆਪਣਾ ਕੰਮ ਕਰਵਾਓ। ਲੇਕਿਨ ਰਮੇਸ਼ ਕੁਮਾਰ ਔਰ ਅਸ਼ਵਨੀ ਕੁਮਾਰ ਨੇ ਜਾਣਕਾਰ ਹੋਣ ਕਰਕੇ ਉਹਨਾਂ ਦੀ ਇਹ ਮਨਸ਼ਾ ਨਹੀਂ ਸੀ ਵੀ ਕਿਸੇ ਕਿਸਮ ਦਾ ਕੋਈ ਗਲਤ ਕਰ। ਲੇਕਿਨ
ਉਹਨਾਂ ਨੇ ਇਹ ਕੰਮ ਕੀਤਾ ਅਣਗਹਿਲੀ ਔਰ ਲਾਪਰਵਾਹੀ ਵਰਤੀ। ਬਿਜਲੀ ਬੋਰਡ ਦੇ ਕਰਮਚਾਰੀ ਬੁਲਾਉਣ ਦੇ ਬਾਵਜੂਦ ਨਾ ਬੁਲਾ ਕੇ ਉਹਨਾਂ ਨੂੰ ਇਹਨੂੰ ਜਿਹੜਾ ਟਰਾਂਸਫਾਰਮਰ 'ਤੇ ਚੜਾਇਆ, ਜਿਸ ਕਰਕੇ ਉਹਦਾ ਝਟਕਾ ਕਰੰਟ ਦਾ ਲੱਗਣ ਕਰਕੇ ਉਹ ਹੇਠਾਂ ਡਿੱਗਿਆ ਅਤੇ ਸਿਰ 'ਚ ਸੱਟ ਲੱਗੀ ਅਤੇ ਦੌਰਾਨ ਇਲਾਜ ਉਹਦੀ ਕੱਲ੍ਹ ਮੌਤ ਹੋ ਗਈ ਸੀ। ਜਿਸ ਕਰਕੇ ਉਸਦੀ ਪਤਨੀ ਸਿਮਰਨ ਦੇ ਬਿਆਨ 'ਤੇ ਅਸੀਂ ਜਿਹੜਾ ਉਹ ਮੁਕੱਦਮਾ ਦਰਜ ਕਰ ਦਿੱਤਾ ਵਾ, ਤਫਤੀਸ਼ ਜਾਰੀ ਹੈ। ਸਰ ਉਹਦਾ ਬੱਚਾ ਜਿਹੜਾ ਕਹਿ ਰਿਹਾ ਸੀ, ਉਹ ਵੀ ਕਹਿ ਰਿਹਾ ਜ਼ਬਰਦਸਤੀ ਇਹਨਾਂ ਨੂੰ ਚੜਾਇਆ ਟਰਾਂਸਫਾਰਮ 'ਤੇ। ਇਹੀ ਗੱਲ ਮੈਂ ਤੁਹਾਨੂੰ ਦੱਸ ਸਕਾਂ ਪਹਿਲਾਂ ਵੀ ਉਹਨਾਂ ਨੇ ਇਹ ਗੱਲ ਗੁਰਮੁਖ ਸਿੰਘ ਨੇ ਆਪਣੇ ਪਹਿਲਾਂ ਚੜ੍ਹਨ ਤੋਂ ਪਹਿਲਾਂ ਟਰਾਂਸਫਾਰਮ ਤੋਂ ਪਹਿਲਾਂ ਚੜ੍ਹਨ ਤੋਂ ਪਹਿਲਾਂ ਕਹੀ ਸੀ ਉਹਨਾਂ ਨੂੰ ਕਿ ਮੇਰਾ ਇਹ ਕੰਮ ਨਹੀਂ ਹੈਗਾ, ਤੁਸੀਂ ਇਹ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਬੁਲਾਇਆ ਕਰਾਓ, ਲੇਕਿਨ ਉਹਨਾਂ ਨੇ ਮੈਨੇ ਇਹਨਾਂ ਨੂੰ ਇਹ ਕਹਿ ਕੇ ਚੜ੍ਹਾ ਦਿੱਤਾ। ਸਰ ਕਿੰਨੀ ਉਮਰ ਸੀ ਦੋਸ਼ੀ ਦਾ, ਦੋਸ਼ੀ ਬਾਰੇ ਦੋਸ਼ੀਆਂ ਦੇ? ਇੱਕ ਦੋਸ਼ੀ ਜਿਹੜਾ ਵਾ ਰਮੇਸ਼ ਕੁਮਾਰ ਜਿਹੜਾ ਉਹ ਸਾਡੇ ਕੋਲ ਜਿਹਾ ਉਹਦੀ ਅਵੇਲੇਬਲ ਫੈਂਸ ਹੋਣ ਕਰਕੇ ਉਹਦੀ ਜ਼ਮਾਨਤ ਹੈ, ਲੇਕਿਨ ਜਿਹੜੇ ਬਾਕੀ ਦੇ ਆ ਉਹ ਵੀ ਅਸੀਂ ਜਿਹੜੇ ਉਹਨਾਂ ਨੂੰ ਕੈਚ ਕਰ ਰਹੇ ਹਾਂ ਜੀ, ਰੈਪ ਕਰ ਰਹੇ ਹਾਂ, ਜਾਰੀ ਹੈ। ਦੌਰਾਨ ਤਫਤੀਸ਼ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਹੈ। ਅੰਮ੍ਰਿਤਸਰ ਕੇ ਕੋਟ ਰੋਡ ਪਰ ਨਕਾਬ ਪੋਸ਼ ਲੁਟੇਰੋ ਨੇ ਇੱਕ ਸਬਜ਼ੀ ਵਪਾਰੀ ਕੇ ਘਰ ਬੜੀ ਡਕੈਤੀ ਕੋ ਅੰਜਾਮ ਦਿਆ ਹੈ ਔਰ ਲਾਖੋਂ ਰੁਪਏ ਕੀ ਨਕਦੀ ਔਰ ਲਾਖੋਂ ਰੁਪਏ ਕੇ ਸੋਨੇ ਕੇ ਆਭੂਸ਼ਣੋਂ ਕੇ ਸਾਥ ਪਿਸਤੌਲ ਔਰ ਐਕਟਿਵਾ ਲੇਕਰ ਫਰਾਰ ਹੋ ਗਏ। ਇਸ ਮਾਮਲੇ ਮੇਂ ਸਬਜ਼ੀ ਵਪਾਰੀ ਜੀਆ ਲਾਲ ਨੇ ਏਕ ਡਰਾਈਵਰ ਕੋ ਕਾਮ ਪਰ ਰਖਾ ਥਾ, ਡਰਾਈਵਰ ਕੀ ਬੇਟੀ ਕਾ ਭੀ ਜੀਆ ਲਾਲ ਕੇ ਘਰ ਆਨਾ ਜਾਣਾ ਥਾ ਔਰ ਉਸੇ ਘਰ ਕੇ ਬਾਰੇ ਮੇਂ ਪੂਰੀ ਜਾਣਕਾਰੀ ਥੀ। ਡਰਾਈਵਰ ਕੀ ਬੇਟੀ ਨੇ ਆਪਣੇ ਮੰਗੇਤਰ ਕੇ ਸਾਥ ਮਿਲਕਰ ਲੂਟ ਕੀ ਯੋਜਨਾ ਬਣਾਈ ਥੀ। ਅੰਮ੍ਰਿਤਸਰ ਮੇਂ ਪ੍ਰੈਸ ਕਾਨਫਰੰਸ ਕਰਤੇ ਹੋਏ ਅੰਮ੍ਰਿਤਸਰ ਕੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਬਤਾਇਆ ਕਿ ਕੋਟ ਰੋਡ ਪਰ ਸਬਜ਼ੀ ਵਪਾਰੀ ਕੇ ਘਰ ਹੋਈ ਬੜੀ ਡਕੈਤੀ ਕੇ ਮਾਮਲੇ ਮੇਂ ਪੁਲਿਸ ਨੇ ਸਾਤ ਆਰੋਪੀਓਂ ਕੋ ਗ੍ਰਿਫਤਾਰ ਕੀਆ ਹੈ, ਜਿਨਕੇ ਪਾਸ 41,40,000 ਰੁਪਏ ਨਕਦ, 936 ਗ੍ਰਾਮ ਸੋਨੇ ਚਾਂਦੀ ਕੇ ਆਭੂਸ਼ਣ, ਇੱਕ ਗਾੜੀ ਔਰ ਇੱਕ ਮੋਟਰਸਾਈਕਲ ਬਰਾਮਦ ਕੀ ਹੈ। ਉਨਕੇ ਦੋ ਸਾਥੀ ਅਭੀ ਫਰਾਰ ਹੈ, ਜਲਦ ਹੀ ਉਹਨੇ ਵੀ ਗ੍ਰਿਫਤਾਰ ਕਰ ਲਿਆ ਜਾਏਗਾ। ਉਹਨੇ ਕਿਹਾ ਕਿ ਇਹਨੇ ਮਾਨਯ ਅਦਾਲਤ ਮੇਂ ਪੇਸ਼ ਕਰ ਇਨਕਾ ਰਿਮਾਂਡ ਹਾਸਿਲ ਕੀਆ ਜਾਏਗਾ, ਰਿਮਾਂਡ ਕੇ ਦੌਰਾਨ ਔਰ ਵੀ ਖੁਲਾਸੇ ਹੋਣੇ ਕੀ ਸੰਭਾਵਨਾ ਹੈ। ਅੰਮ੍ਰਿਤਸਰ ਸੇ ਹਲਚਲ ਕੇ ਲਈ ਸੁਨੀਲ ਖੋਸਲਾ ਕੀ ਰਿਪੋਰਟ। 26 ਜੂਨ ਨੂੰ ਥਾਣਾ ਸਿਵਲ ਲਾਈਨਸ ਦੇ ਏਰੀਏ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਜੀਆ ਲਾਲ ਬਹਿਲ ਜੀ ਦੇ ਘਰ ਇੱਕ ਡਕੈਤੀ ਹੋਈ ਸੀ। ਉਸ ਡਕੈਤੀ ਦੇ ਵਿੱਚ ਕਾਫੀ ਨਗਦੀ ਅਤੇ ਜਿਹੜੇ ਗਹਿਣੇ ਆ ਚੋਰੀ ਹੋਏ ਸੀ। ਅਰਲੀ ਮਾਰਨਿੰਗ ਹੋਈ ਸੀ, ਬੜੀ ਸੈਂਸੇਸ਼ਨਲ ਬਣੀ ਸੀ। ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਨੇ ਸ਼੍ਰੀ ਅਭਿਮਨਿਊ ਰਾਣਾ ਜੀ ਦੀ ਅਗਵਾਈ ਹੇਠ SHO ਅਮੋਲਕ, ਅਮਨਦੀਪ ਅਤੇ ਬਿੰਦਰਜੀਤ ਇੰਸਪੈਕਟਰ ਸਾਹਿਬਾਨ ਇਹਨਾਂ ਨੇ ਰਲ ਕੇ ਉਸ ਰੋਬਰੀ ਨੂੰ ਜਿਹੜਾ ਟਰੇਸ ਕੀਤਾ ਅਤੇ ਜਿਹੜੇ ਉਹਦੇ ਲਗਭਗ ਦੋ ਮੁਲਜ਼ਮਾਂ ਤੋਂ ਬਿਨਾਂ ਬਾਕੀ ਸਾਰੇ ਮੁਲਜ਼ਮ ਜਿਹੜੇ ਉਹ ਅਰੈਸਟ ਕਰ ਲਏ ਨੇ ਅਤੇ ਉਹਨਾਂ ਤੋਂ ਕਰੀਬ 41 ਲੱਖ ਰੁਪਇਆ, 800 ਗ੍ਰਾਮ ਸੋਨਾ, ਇੱਕ ਕਾਰ ਜਿਹੜੀ ਕਿ ਇਸ ਡਕੈਤੀ ਦੇ ਵਿੱਚ ਵਰਤੀ ਗਈ ਸੀ ਹਾਂਡਾ ਏਮਸ, ਅਤੇ ਇੱਕ ਮੋਟਰਸਾਈਕਲ ਇਹ ਰਿਕਵਰ ਕਰ ਲਿਆ। ਇਹਨਾਂ 'ਚੋਂ ਕੁਛ ਦੋਸ਼ੀ ਆ ਜਿਹੜੇ ਕ੍ਰਾਈਮ ਕਰਨ ਤੋਂ ਬਾਅਦ ਮਹਾਰਾਸ਼ਟਰਾ ਭੱਜ ਗਏ ਸੀ, ਕੁਛ ਮਹਾਰਾਸ਼ਟਰਾ ਤੋਂ ਕਾਬੂ ਕੀਤੇ ਨੇ, ਕੁਛ ਬੰਦੇ ਜਿਹੜੇ ਇੱਥੇ ਲੋਕਲ ਹੈਗੇ ਆ ਇਹਨਾਂ ਨੂੰ ਮਦਦ ਕਰਨ 'ਚ ਲੋਜਿਸਟਿਕਸ ਕਰਨ ਦੇ ਸੀਗੇ, ਉਹ ਕੁਛ ਇੱਥੋਂ ਗ੍ਰਿਫਤਾਰ ਕੀਤੇ ਨੇ। ਕੁੱਲ 7 ਬੰਦੇ ਗ੍ਰਿਫਤਾਰ ਕਰਕੇ 41,40,000 ਰੁਪਇਆ ਰਿਕਵਰ ਕਰਕੇ 936 ਗ੍ਰਾਮ ਜਿਊਲਰੀ ਜਿਹਦੇ 'ਚੋਂ 800 ਗ੍ਰਾਮ ਗੋਲਡ ਆ, ਕਾਰ ਅਤੇ ਮੋਟਰਸਾਈਕਲ ਕਰਕੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਅਤੇ ਸਾਇੰਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਸ ਕੇਸ ਨੂੰ ਵਿਦ ਇਨ 3 ਡੇਜ਼ ਆ ਜਿਹੜਾ ਇਸ ਕੇਸ ਨੂੰ ਟਰੇਸ ਕਰਨ ਦੀ ਕਾਮਯਾਬੀ। ਮਾਸਟਰ ਮਾਇੰਡ ਜੀਆ ਲਾਲ ਬਹਿਲ ਜੀ ਦਾ ਇੱਕ ਡਰਾਈਵਰ ਸੀ, ਉਸ ਡਰਾਈਵਰ ਦੀ ਇੱਕ ਲੜਕੀ ਸੀ ਸ਼ਿਵਾਨੀ, ਉਸ ਸ਼ਿਵਾਨੀ ਲਤਾ ਦਾ ਇੱਕ ਮੰਗੇਤਰ ਸੀ, ਉਹ ਆਲਰੇਡੀ ਡਾਈਵੋਰਸੀ ਸੀ, ਉਹਦਾ ਇੱਕ ਮੰਗੇਤਰ ਸੀ ਗੁਰਟੇਕ ਸਿੰਘ। ਉਸ ਲੜਕੀ ਨੇ ਗੁਰਟੇਕ ਨੂੰ ਇਹ ਸੂਚਨਾ ਦਿੱਤੀ ਵੀ ਇਹਨਾਂ ਦੇ ਘਰ ਆ ਜਿਹੜਾ ਕਾਫੀ ਜਿਹੜਾ ਧਨ ਦੌਲਤ ਇੱਦਾਂ ਦਾ ਹੈਗਾ। ਉਹਨੇ ਫਿਰ ਗੁਰਟੇਕ ਨੇ ਗਾਂ ਆਪਦੇ ਸਾਥੀ ਗੁਰਪ੍ਰੀਤ, ਸੰਦੀਪ, ਦੀਪਕ, ਹਰਦੇਵ
ਇਹਨਾਂ ਨੂੰ ਨਾਲ ਅੰਗੇਜ਼ ਕਰਕੇ ਇਹ ਅਰਲੀ ਮਾਰਨਿੰਗ ਉਹਨਾਂ ਨੂੰ ਵੇਟ ਕਰਕੇ ਜਦੋਂ ਬਾਹਰ ਆਉਣਗੇ ਦਰਵਾਜ਼ੇ ਦੇ ਬਾਹਰ ਖੜ੍ਹ ਕੇ ਅਤੇ ਇਸੇ ਲੜਕੀ ਨੇ ਇਹਨਾਂ ਨੂੰ ਸੂਚਨਾ ਪ੍ਰਾਪਤ ਸੀ ਵੀ ਉਹਨਾਂ ਦਾ ਲੜਕਾ ਜਾਂ ਹੋਰ ਕੋਈ ਫੈਮਿਲੀ ਮੈਂਬਰ ਉਸ ਦਿਨ ਘਰ ਵਿੱਚ ਨਹੀਂ ਹਨ ਵੀ ਉਹ ਬਾਹਰ ਗਏ ਨੇ ਅਤੇ ਉਹਨਾਂ ਦੇ ਘਰ ਪੈਸੇ ਨੇ ਉਹਦੀ ਸੂਚਨਾ 'ਤੇ ਹੀ ਇਹਨਾਂ ਨੇ ਸਾਰੀ ਇਹ ਪਲੈਨਿੰਗ ਕਰਕੇ ਇਹ ਡਕੈਤੀ ਨੂੰ ਅੰਜਾਮ ਦਿੱਤਾ। ਇਹਨਾਂ ਕੋਲ ਇੱਕ ਰਿਵੋਲਵਰ ਸੀ, ਉਹ ਸਟਿਲ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਇਹ ਰਾਤੀ ਹੀ ਲੈ ਕੇ ਆਏ ਹਾਂ ਅਸੀਂ ਮਹਾਰਾਸ਼ਟਰ ਤੋਂ, ਉੱਥੇ ਭੱਜੇ ਹੋਏ ਸੀਗੇ। ਪੁਲਿਸ ਨੇ ਬੜੀ ਸਾਇੰਟੀਫਿਕਲੀ ਟੈਕਨੀਕਲੀ ਇਹਨਾਂ ਦਾ ਫੋਲੋਅਪ ਕਰਕੇ ਉਹਨਾਂ ਨੂੰ ਅਰੈਸਟ ਕਰਨ 'ਚ ਕਾਮਯਾਬ ਹੋਈ ਆ। ਡਿਊਰਿੰਗ ਰਿਮਾਂਡ ਐਂਡ ਇੰਟੈਰੋਗੇਸ਼ਨ ਜਿਹੜੀਆਂ ਬਾਕੀ ਗੱਲਾਂ ਨੇ ਵੀ ਐਗਜੈਕਟਲੀ ਕਿੰਨੀ ਥੈਫਟ ਹੋਈ ਸੀ, ਕਿੰਨਾ ਸੋਨਾ ਸੀ, ਕਿੰਨੇ ਗਹਿਣੇ ਸੀ, ਉਸ ਹਿਸਾਬ ਦੇ ਨਾਲ ਉਹ ਪਤਾ ਲਾ ਕੇ ਬਾਕੀ ਜਿਹੜੀ ਸਾਰੀ ਰਿਕਵਰੀ ਪੈਂਡਿੰਗ ਆ ਉਸੇ ਕਰ ਲਵਾਂਗੇ। ਅੰਮ੍ਰਿਤਸਰ ਪੁਲਿਸ ਨੇ ਗੁਪਤ ਸੂਚਨਾ ਕੇ ਆਧਾਰ ਪਰ ਨਾਕਾਬੰਦੀ ਕੇ ਦੌਰਾਨ ਇੱਕ ਯੁਵਕ ਕੋ 5 ਕਿਲੋ ਹੈਰੋਇਨ ਕੇ ਸਾਥ ਗ੍ਰਿਫਤਾਰ ਕੀਆ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਮੀਡੀਆ ਕੋ ਜਾਣਕਾਰੀ ਦੇਤੇ ਹੋਏ ਬਤਾਇਆ ਕਿ ਲਖਵਿੰਦਰ ਸਿੰਘ ਨਾਮ ਕੇ ਯੁਵਕ ਕੋ 5 ਕਿਲੋ ਹੈਰੋਇਨ ਕੇ ਸਾਥ ਗ੍ਰਿਫਤਾਰ ਕੀਆ ਗਿਆ ਹੈ। ਉਹਨਾਂ ਨੇ ਬਤਾਇਆ ਕਿ ਆਰੋਪੀ ਇਹ ਹੈਰੋਇਨ ਪਾਕਿਸਤਾਨ ਸੇ ਲਾਇਆ ਥਾ। ਉਹਨਾਂ ਨੇ ਬਤਾਇਆ ਕਿ ਜਾਂਚ ਮੇਂ ਪਤਾ ਚਲਾ ਕਿ ਇਹ ਹੈਰੋਇਨ ਪਾਕਿਸਤਾਨ ਸੇ ਅਲੀ ਨਾਮ ਕੇ ਤਸਕਰ ਨੇ ਭਾਰਤ ਭੇਜੀ ਥੀ। ਇਹ ਹੈਰੋਇਨ ਖੇਮਕਰਨ ਕੇ ਇੱਕ ਯੁਵਕ ਨੇ ਆਗੇ ਅੰਮ੍ਰਿਤਸਰ ਮੇਂ ਬੇਚੀ ਜਾਣੀ ਥੀ। ਪੁਲਿਸ ਕਮਿਸ਼ਨਰ ਨੇ ਬਤਾਇਆ ਕਿ ਪਾਕਿਸਤਾਨ ਮੇਂ ਬੈਠੇ ਤਸਕਰ ਇਸ ਤਰ੍ਹਾਂ ਕੇ ਯੁਵਾਓਂ ਕਾ ਇਸਤੇਮਾਲ ਕਰਤੇ ਹੈ ਜੋ ਗਰੀਬੀ ਸੇ ਜੁੜੇ ਹੋਤੇ ਹੈ ਔਰ ਜਿਨ੍ਹੇ ਪੈਸੋਂ ਕੀ ਜ਼ਰੂਰਤ ਹੋਤੀ ਹੈ। ਇਹ ਹੈਰੋਇਨ ਪਾਕਿਸਤਾਨ ਸੇ ਡਰੋਨ ਕੇ ਜ਼ਰੀਏ ਭਾਰਤ ਭੇਜੀ ਗਈ ਥੀ। ਉਹਨੇ ਕਿਹਾ ਕਿ ਆਰੋਪੀਓਂ ਸੇ ਪੁੱਛਤਾਛ ਕੀ ਜਾ ਰਹੀ ਹੈ ਜਿਸਸੇ ਔਰ ਵੀ ਖੁਲਾਸੇ ਹੋਣੇ ਕੀ ਸੰਭਾਵਨਾ ਹੈ। ਅੰਮ੍ਰਿਤਸਰ ਸੇ ਹਲਚਲ ਕੇ ਲਈ ਸੁਨੀਲ ਖੋਸਲਾ ਕੀ ਰਿਪੋਰਟ। ਸਾਡੇ ਅੰਮ੍ਰਿਤਸਰ ਪੁਲਿਸ ਦੇ SP ਸ਼੍ਰੀ ਅਭਿਮਨਿਊ ਰਾਣਾ ਜੀ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਕਿ ਕੁਛ ਵਿਅਕਤੀ ਪਾਕਿਸਤਾਨ ਪਾਰ ਬਾਰਡਰ ਤੋਂ ਨਸ਼ਾ ਲਿਆ ਕੇ ਇੱਥੇ ਅੰਮ੍ਰਿਤਸਰ ਦੇ ਵਿੱਚ ਸਪਲਾਈ ਕਰਨ ਦੀ ਤਾਕ ਦੇ ਵਿੱਚ ਨੇ। ਉਹਦੇ ਆਧਾਰ ਤੇ ਇੱਕ ਕੇਸ ਦਰਜ ਕਰਕੇ ਉਹਨੂੰ ਫੋਲੋਅਪ ਕਰਕੇ ਇੱਕ ਜਿਹੜਾ ਵਿਅਕਤੀ ਆ ਲਖਵਿੰਦਰ ਸਿੰਘ ਉਰਫ ਲੱਖਾ ਖੇਮਕਰਨ ਨਿਵਾਸੀ ਤਰਨ ਤਾਰਨ ਉਹਨੂੰ ਉੱਥੋਂ ਖੇਮਕਰਨ ਤੋਂ ਜਾ ਕੇ ਕਾਬੂ ਕੀਤਾ ਅਤੇ ਉਹਨੂੰ ਜਿਹੜਾ ਐਡਵਾਂਸ ਸੀ ਆ ਜਿਹੜੀ ਉਹਦੇ ਕੋਲੋਂ 5 ਕਿਲੋ ਜਿਹੜੀ ਹੀਰੋਇਨ ਆ, ਇੱਕ ਮੋਟਰਸਾਈਕਲ ਅਤੇ ਮੋਬਾਈਲ ਫੋਨ ਬਰਾਮਦ ਕੀਤਾ। ਇਸ ਤਰ੍ਹਾਂ ਜਿਹੜੀ ਇੱਕ ਵਿਰੋਧੀ ਦੇਸ਼ ਦੀ ਜਿਹੜੀ ਸਾਡੇ ਦੇਸ਼ ਵਿੱਚ ਜਿਹੜੀ ਹੀਰੋਇਨ ਨੂੰ ਸਪਲਾਈ ਕਰਨ ਦਾ ਜਿਹੜਾ ਉਹ ਕੋਸ਼ਿਸ਼ ਸੀ ਉਹਨੂੰ ਨਾਕਾਮ ਕੀਤਾ ਅਤੇ ਉਹਨੂੰ ਅੰਮ੍ਰਿਤਸਰ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਕਾਬੂ ਕਰਕੇ ਉਹਦੀ ਜਿਹੜੀ ਤਫਤੀਸ਼ ਕੀਤੀ ਜਾ ਰਹੀ। ਖੇਮਕਰਨ ਬਾਰਡਰ ਤੋਂ ਉਰਲੇ ਪਾਸੇ ਬਾਰਡਰ ਦੇ ਨਾਲ ਹੀ ਆ, ਬਾਰਡਰ ਤੋਂ ਉਰੇ ਹੈਗਾ ਪਿੰਡ। ਇਹ ਨਵੀਂ FIR ਦਰਜ ਹੋਈ ਜੀ, 130 ਨੰਬਰ FIR ਆ, ਇਹ ਕੱਲ੍ਹ ਦਰਜ ਹੋਈ ਆ, 21-23-25-61 NDPS ਥਾਣਾ ਇਸਲਾਮਾਬਾਦ ਅੰਮ੍ਰਿਤਸਰ। ਇਹ ਪਾਕਿਸਤਾਨ ਤੋਂ ਅਲੀ ਨਾਮੀ ਸਮਗਲਰ ਹੈਗਾ ਜੀ, ਉਹਨੇ ਸਪਲਾਈ ਕੀਤੀ। ਮਾਰਕੀਟ ਵੈਲਿਊ ਅਸੀਂ ਮਾਰਕੀਟ ਵੈਲਿਊ ਨੂੰ ਦੇਖਦੇ, ਮਾਰਕੀਟ ਵੈਲਿਊ ਇੱਥੇ ਦੀ ਹੋਰ ਆ, ਅਮੈਰੀਕਾ ਦੀ ਹੋਰ ਆ, ਕਿਤੇ ਦੀ ਹੋਰ ਆ। ਸਾਡੇ ਲਈ ਜਿਹੜਾ ਨਸ਼ਾ ਹੈਗਾ ਨਸ਼ਾ, ਅਸੀਂ ਇਹਨੂੰ ਕੋਈ ਸਪਲਾਈ ਕਰਕੇ ਨਾ ਇਹਦਾ ਕੋਈ ਮੁੱਲ ਪਾਉਣਾ ਅਤੇ ਨਾ ਵੇਚਣਾ, ਅਸੀਂ ਡਿਸਟਰੋਏ ਕਰਨਾ। ਸਾਡੇ ਲਈ ਮਾਰਕੀਟ ਵੈਲਿਊ ਦੀ ਕਮੈਂਟ ਕਰਨੀ ਪਾ ਦਿੱਤੀ। ਕੱਲ੍ਹ ਆਈ ਸੀ ਅਤੇ ਅੰਮ੍ਰਿਤਸਰ ਆਉਣੀ ਸੀ ਜੀ, ਅੰਮ੍ਰਿਤ ਸ਼ਹਿਰ 'ਚੋਂ ਅੱਗੇ ਆ ਕੇ ਇਹਨਾਂ ਨੇ ਗਾਂਹ ਪੈਡਲਰਸ ਦੇ ਰਾਹੀਂ ਕਿਹਨੂੰ ਸਪਲਾਈ ਕਰਨੀ ਸੀ, ਕੀ ਕਰਨੀ ਸੀ, ਦੈਟ ਵਿਲ ਬੀ ਕੰਸੀਡਰਡ ਇਨ ਇਨਵੈਸਟੀਗੇਸ਼ਨ। ਹਾਂਜੀ, ਆਈ ਡਰੋਨ ਰਾਹੀਂ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ। ਸੋਰੀ, ਵੀ ਕਾਂਟ ਡਿਸਕਲੋਜ਼। ਇਹਦੇ ਖਿਲਾਫ਼ ਪਹਿਲਾਂ ਕੋਈ ਦਰਜ ਨਹੀਂ। ਵਿਦੇਸ਼ੀ ਲਿੰਕ ਹੀ ਆ ਨਾ, ਪਾਕਿਸਤਾਨ ਦਾ ਜਿਹੜਾ ਬੰਦਾ ਹੈਗਾ ਅਲੀ ਆ, ਉਹ ਵਿਦੇਸ਼ੀ ਲਿੰਕ ਹੀ ਆ। ਨਹੀਂ, ਲੰਡੇ ਦਾ ਇਹਦੇ 'ਚ ਕੋਈ ਨਹੀਂ ਹੈਗਾ।
ਸਿਰਫ ਉਹ ਅਲੀ ਦਾ ਹੀ ਲਿੰਕ ਹੈਗਾ, ਉਹ ਜਿਹੜਾ ਵਿਦੇਸ਼ੀ ਲਿੰਕ ਹੀ ਆ। ਸਰ ਇਹਦਾ ਬੈਕਗ੍ਰਾਉਂਡ ਕੀ ਹੈ, ਕੰਮ ਕੁੰਮ ਕੀ ਕਰਦੇ ਆ, ਏਜ ਕੀ ਹੈ ਜਿਹਨਾਂ ਦੀ? ਇਹ ਮਜ਼ਦੂਰੀ ਦਾ ਕੰਮ ਕਰਦਾ, 5-6 ਕਲਾਸਾਂ ਪੜ੍ਹਿਆ ਵਾ। ਇਹਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਬੰਦੇ ਨੇ ਉਹ ਅਜਿਹੇ ਬੰਦਿਆਂ ਨੂੰ ਯੂਜ਼ ਕਰ ਲੈਂਦੇ ਨੇ, ਉਹ ਯੂਜ਼ ਕਰਕੇ ਆਪਣੇ ਤਰੀਕੇ ਨਾਲ ਆਪਣਾ ਕੰਮ ਲੈਂਦੇ। ਇਹਦੇ ਖਿਲਾਫ਼ ਕੋਈ ਪਹਿਲਾਂ ਮੁਕਦਮਾ ਦਰਜ ਨਹੀਂ। अमृतसर पुलिस कमिश्नर रणजीत सिंह ढिल्लों के दिशा निर्देश पर बुरे तत्वों और लुटेरों के खिलाफ चलाए जा रहे अभियान के तहत थाना वेरका की पुलिस को उस समय बड़ी सफलता हाथ लगी जब पिछले दिनों 4 युवकों द्वारा पिस्तौल के बल पर राजस्थान के एक ठेकेदार से लूटपाट की वारदात को अंजाम देने वाले 2 आरोपियों को गिरफ्तार किया गया। इस मौके पर पुलिस अधिकारी ACP गुरबिंदर सिंह ने बताया कि वेरका पुलिस स्टेशन में एक शिकायत दर्ज की गई थी जिसमें 4 युवकों ने राजस्थान में अपनी लेबर का भुगतान करने जा रहे एक ठेकेदार से बंदूक की नोक पर लूट की वारदात को अंजाम दिया था। उन्होंने बताया कि पीड़ित के पास से 2 मोबाइल फोन और 1 मोटरसाइकिल भी लूट लिया गया था। इसके बाद हरकत में आई थाना वेरका की पुलिस ने 4 आरोपियों को गिरफ्तार कर लिया और उनके पास से 1 चोरी की मोटरसाइकिल, वारदात में इस्तेमाल की गई 1 पिस्तौल और 2 मोबाइल फोन भी बरामद कर लिए हैं। इनके खिलाफ अलग अलग पुलिस स्टेशनों में मामले भी दर्ज हैं और ये नशे के भी आदि हैं। उन्होंने कहा कि इन्हें माननीय अदालत में पेश करके रिमांड हासिल किया जाएगा क्योंकि रिमांड के दौरान और भी खुलासे होने की संभावना है। अमृतसर से हलचल के लिए सुनील खोसला की रिपोर्ट। मिति 24 जून पिछले सोमवार साढ़े इतने वेरके थाने के एरिए एक वारदात हुई थी जिद ठेकेदार सीगे बिट्टू राओ जिहड़े कि राजस्थान के रहने वाले से, वो जो पैसे लैके उन्होंने अपने लेबर नू पैसे देने से, उत्थे 4 नौजवान अणपछाते 1 मोटरसाइकिल ते आउंदे आ, उन्होंने कोल उन्हों का कैश भी ते जिहड़ा उन्होंने 2 मोबाइल फोन भी ते उन्हों का मोटरसाइकिल स्पलेंडर एक खोह के लै जांदे आ पिस्टल की नोक ते। इहदे विच माणयोग कमिश्नर ऑफ पुलिस अमृतसर श्री रणजीत सिंह ढिल्लों IPS, साढ़े ADCP 3 श्री नवजोत संधू सर, थाने वेरके की सारी टीम ਲੈਡ ਬਾਈ SHO ਇੰਸਪੈਕਟਰ ਅਮਨਜੋਤ ਕੌਰ, ਇਹਨਾਂ ਨੇ ਬਹੁਤ ਮਿਹਨਤ ਕੀਤੀ, ਬਹੁਤ ਸਾਇੰਟੀਫਿਕ ਤਰੀਕੇ ਦੇ ਨਾਲ ਇਹਨੂੰ ਟਰੇਸ ਕੀਤਾ। ਇਹਦੇ ਵਿੱਚ 2 ਦਿਨ ਕਾਫੀ ਮਿਹਨਤ ਵੀ ਕਰਨੀ ਪਈ ਬਟ ਅਲਟੀਮੇਟਲੀ ਸਾਨੂੰ ਇਹਦੇ ਵਿੱਚ ਸਫਲਤਾ ਹਾਸਲ ਹੋਈ। ਜਿਹੜੇ ਇਹਦੇ ਵਿੱਚ 4 ਦੋਸ਼ੀ ਸੀ ਉਹ ਅਰੈਸਟ ਕਰ ਲਏ ਗਏ, ਜਿਹਦੇ ਵਿੱਚ 2 ਕੇ ਹੈਗੇ ਆ ਭੈਣੀ ਗਿੱਲਾਂ ਪਿੰਡ ਥਾਣਾ ਕੰਬੋਦ ਏਰੀਏ ਦੇ, ਰਾਜਵਿੰਦਰ ਸਿੰਘ ਅਤੇ ਸਾਹਿਬ ਸਿੰਘ ਜਿਨ੍ਹਾਂ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ, ਅਤੇ 2 ਨੇ ਗੁਰਸਿੱਧਕ ਅਤੇ ਪਰਸ਼ੂਰਾਮ, ਇਹ ਹੈਗੇ ਨੇ ਮਜੀਠਾ ਰੋਡ ਏਰੀਏ 'ਤੇ ਰਹਿਣ ਵਾਲੇ। ਇਹਨਾਂ ਦੇ ਕੋਲੋਂ ਜਿਹੜਾ ਮੋਟਰਸਾਈਕਲ ਖੋਇਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ, 1 ਇਹਨਾਂ ਦੇ ਕੋਲੋਂ ਦੇਸੀ ਪਿਸਟਲ ਬਰਾਮਦ ਹੋਇਆ, 1 ਇਹਨਾਂ ਨੇ ਜਿਹੜਾ ਲਾਈਟਰ ਨੁਮਾ ਪਿਸਟਲ ਆ ਉਹ ਵੀ ਵਾਰਦਾਤ ਵੇਲੇ ਯੂਜ਼ ਕੀਤਾ ਸੀ। ਇਸ ਤੋਂ ਇਲਾਵਾ ਇਹਨਾਂ ਨੇ ਪਹਿਲਾਂ ਕਈ ਹੋਰ ਖੋਹਾਂ ਕੀਤੀਆਂ ਸੀ, ਜਿਵੇਂ ਇਹਨਾਂ ਨੇ ਇੱਕ R15 ਮੋਟਰਸਾਈਕਲ ਮਜੀਠਾ ਰੋਡ ਦੇ ਏਰੀਏ 'ਚੋਂ ਖੋਹ ਕੀਤੀ ਸੀ ਜਿਹਦਾ ਕਿ ਪਰਚਾ ਦਰਜ ਆ, ਉਹ ਵੀ ਅਸੀਂ ਇਹਨਾਂ ਕੋਲੋਂ ਬਰਾਮਦ ਕਰ ਲਿਆ। 1 ਡਿਸਕਵਰ ਮੋਟਰਸਾਈਕਲ ਬਰਾਮਦ ਹੋਇਆ ਜਿਹੜਾ ਕਿ ਇਹਨਾਂ ਨੇ ਚੋਰੀ ਕੀਤਾ ਵਾ, ਜਿਹੜਾ ਵਾਰਦਾਤ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਖੋਇਆ ਉਹ ਤਾਂ ਚਲੋ ਅਸੀਂ ਹੁਣ ਬਰਾਮਦ ਕਰ ਹੀ ਲਿਆ। फिरोजपुर सेंटर जेल के पास कुछ लोगों ने ललित कुमार पासी नामक एक व्यक्ति को गोलियां मारकर उसकी हत्या कर दी थी। फिरोजपुर पुलिस द्वारा लगातार कार्रवाई करते हुए हत्या में शामिल 3 लोगों को हथियारों समेत गिरफ्तार करने में कामयाबी हासिल की है। इस मौके पर SSP सौम्या मिश्रा ने बताया कि 21 जून को फिरोजपुर की सेंट्रल जेल के पास ललित कुमार पासी नाम के व्यक्ति की गोलियां मारकर हत्या कर दी गई थी, जिसके चलते पुलिस टीम द्वारा कार्रवाई करते हुए 3 लोगों को रोहित कुमार उफ नन्ना, योगेश कुमार और सूरज कुमार को हथियारों सहित गिरफ्तार किया गया। उन्होंने बताया कि इन पर पहले भी कई मुकदमे दर्ज हैं और अभी भी पूछताछ जारी है, जिससे और भी अहम खुलासे होने की संभावना है। फिरोजपुर से हलचल के लिए मनजीत सिंह की रिपोर्ट। डिस्ट्रिक्ट पुलिस ने 2 वड्डे गिरोह नू पकड़ाएगा, ते उन्हों फड़न लई असी कामयाब होए ने।
ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 21 ਤਾਰੀਕ ਨੂੰ ਸੈਂਟਰਲ ਜੇਲ੍ਹ ਦੇ ਨਜ਼ਦੀਕ ਇੱਕ ਬੰਦੇ 'ਤੇ ਜਾਨਲੇਵਾ ਹਮਲਾ ਹੋਇਆ ਸੀ ਅਤੇ ਅਨਫੋਰਚੁਨੇਟਲੀ 24 ਤਾਰੀਕ ਨੂੰ ਉਹਦੀ ਡੈਥ ਵੀ ਹੋ ਗਈ ਸੀਗੀ ਵਿਕਟਿਮ ਦੀ। ਉਸ ਤੋਂ ਬਾਅਦ ਸਾਡੀ ਪੂਰੀ ਪੁਲਿਸ ਟੀਮ ਬਹੁਤ ਹੀ ਐਫਰਟ ਲਗਾ ਕੇ ਉਹ ਬੰਦੋ ਦੇ ਪਿੱਛੇ ਪੜੀ ਸੀਗੀ। ਪਹਿਲੇ ਉਹਨਾਂ ਨੇ ਬੰਦੋ ਨੂੰ ਆਈਡੈਂਟੀਫਾਈ ਕੀਤਾ ਅਤੇ ਉਹਦੇ ਬਾਅਦ ਜਿਹੜੇ ਉਹ ਅਟੈਕਰ ਸੀਗੇ ਉਹਨਾਂ ਨੂੰ ਫੜਨ ਲਈ ਕਾਮਯਾਬ ਹੋਏ ਨੇ। ਇਹਦੇ ਵਿੱਚ ਜਿਹੜੇ ਪ੍ਰਮੁੱਖ ਹੈਗੇ ਰੋਹਿਤ ਉਰਫ ਨੰਨਾ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਿਆ ਹੈ ਅਤੇ ਨਾਲ ਉਹਨਾਂ ਦਾ ਜਿਹੜੇ ਸਾਥ ਦੇ ਰਹੇ ਸੀਗੇ ਸੂਰਜ ਅਤੇ ਜੋਗੇਸ਼, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਅਤੇ ਬਰਾਮਦਗੀ ਵੀ ਇਹਦੇ ਵਿੱਚ 3 ਪਿਸਟੋਲ ਦੀ ਹੋਈ ਹੈ, ਦੋ 30 ਬੋਰ ਪਿਸਟਲ ਅਤੇ 1 12 ਬੋਰ ਕੱਟਾ ਵੀ ਮਿਲਿਆ ਹੈ ਅਤੇ ਨਾਲ ਟੋਟਲ 7 ਜ਼ਿੰਦਾ ਰਾਊਂਡ ਮਿਲੇ ਨੇ। ਇਹਦੇ ਵਿੱਚ ਜਿਹੜੇ ਪ੍ਰਮੁੱਖ ਹੈਗੇ ਨੰਨਾ, ਉਹਨਾਂ ਦੇ ਉੱਪਰ ਟੋਟਲ 8 ਮੁਕੱਦਮੇ ਦਰਜ ਹੈ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਉਹ ਆਲਰੇਡੀ ਵਾਂਟਡ ਸੀਗੇ। ਹੁਣ ਤੱਕ ਦੀ ਤਫਤੀਸ਼ 'ਚ ਜਿਹੜਾ ਸਾਹਮਣੇ ਆਇਆ ਹੈ, ਜਿੰਨਾ ਜਿਹੜੇ ਜੋ ਵਿਕਟਿਮ ਸੀਗੇ ਉਹਨਾਂ ਦਾ ਨਾਮ ਸੀਗਾ ਲਲਿਤ ਲਾਲੀ, ਜਿਹੜੀ ਵਜੇ ਰੰਜਿਸ਼ ਹੁਣ ਤੱਕ ਸਾਹਮਣੇ ਆਈ ਹੈ ਹੁਣ ਤੱਕ ਦੀ ਤਫਤੀਸ਼, ਤਾਂ ਉਹਦੇ ਵਿੱਚ ਇਹ ਪਤਾ ਚੱਲਾ ਹੈ ਕਿ ਇਹਨਾਂ ਦੇ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀਗੀ। ਇਨਫੈਕਟ 2023 ਦੇ ਵਿੱਚ ਲਲਿਤ ਲਾਲੀ ਨੇ ਜਿਹੜਾ ਹੁਣ ਪ੍ਰੈਜੈਂਟ ਅਕਿਊਜ਼ਡ ਹੈ ਉਹਦੇ ਫੈਮਿਲੀ ਮੈਂਬਰ 'ਤੇ ਅਟੈਕ ਵੀ ਕੀਤਾ ਸੀਗਾ, ਜਿਹਦੇ ਕਰਕੇ ਆਲਰੇਡੀ ਮੁਕੱਦਮਾ ਵੀ ਦਰਜ ਹੈ ਅਤੇ ਉਹਦੇ ਕਰਕੇ ਜੋ ਹੁਣ ਤੱਕ ਪਤਾ ਚੱਲਾ ਹੈ ਇਹਨਾਂ ਨੇ ਉਹਦੇ ਬਦਲੇ ਦੀ ਭਾਵਨਾ 'ਤੇ ਉਹਦੇ ਉੱਪਰ ਅਟੈਕ ਕੀਤਾ ਸੀਗਾ ਅਤੇ ਉਹਦੇ ਬਾਅਦ ਉਹਨਾਂ ਦੀ ਹੋਸਪਿਟਲ ਦੇ ਵਿੱਚ ਡੈਥ ਹੋ ਗਈ ਸੀਗੀ। ਨਹੀਂ, ਇਹ ਨਾਜਾਇਜ਼ ਹਥਿਆਰ ਨੇ ਅਤੇ ਬਹੁਤ ਕੋਸ਼ਿਸ਼ ਕਰਕੇ ਇਹਦੇ ਵਿੱਚ ਸਾਡੀ ਪੁਲਿਸ ਨੇ ਪੂਰੀ ਇਹ ਰਿਕਵਰੀ ਕੀਤੀ ਹੈ ਅਤੇ ਪੂਰੀ ਇਹ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੇ ਕੋਲ ਜਿਹੜੇ ਵੀ ਨਾਜਾਇਜ਼ ਹਥਿਆਰ ਸੀਗੇ ਜਾਂ ਕੁਛ ਔਰ ਵੀ ਇੱਦਾਂ ਦੇ ਗੈਰ ਕਾਨੂੰਨੀ ਇਹਨਾਂ ਦੇ ਜੋ ਵੀ ਮਨਸੂਬੇ ਸੀਗੇ ਉਹ ਸਾਰੋ ਦਾ ਪਰਦਾਫਾਸ਼ ਕੀਤਾ ਹੈ ਅਤੇ ਇਹਨਾਂ ਨੂੰ ਫੜਨ 'ਚ ਕਾਮਯਾਬ ਰਹੇ ਨੇ। ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਦੁਆਰਾ ਲੋਗੋ ਕੇ ਠਗੇ ਜਾਣੇ ਕੀ ਸ਼ਿਕਾਇਤੋਂ ਕੋ ਦੇਖਤੇ ਹੋਏ ਫਿਰੋਜ਼ਪੁਰ ਪੁਲਿਸ ਦੁਆਰਾ ਥਾਣਾ ਸਾਈਬਰ ਕ੍ਰਾਈਮ ਥਾਣਾ ਕੈਂਟ ਮੇ ਬਣਾਇਆ ਗਿਆ ਹੈ, ਜਿਸਕਾ DIG ਅਜੇ ਮਲੂਜਾ ਦੁਆਰਾ ਉਦਘਾਟਨ ਕੀਆ ਗਿਆ ਹੈ। ਉਹਨਾਂ ਨੇ ਬਤਾਇਆ ਕਿ ਕਈ ਸਮੇਂ ਸੇ ਲੋਕ ਫੋਨ ਦੁਆਰਾ ਠੱਗੀ ਕਾ ਸ਼ਿਕਾਰ ਹੋ ਰਹੇ ਹੈ, ਜਿਸਕੋ ਦੇਖਤੇ ਹੋਏ ਪੰਜਾਬ ਸਰਕਾਰ ਕੀ ਹਦਾਇਤੋਂ ਪਰ ਥਾਣਾ ਸਾਈਬਰ ਕ੍ਰਾਈਮ ਬਣਾਇਆ ਗਿਆ ਹੈ, ਜਿਸਮੇ ਲੋਗੋਂ ਕੀ ਸ਼ਿਕਾਇਤੋਂ ਕਾ ਨਿਪਟਾਰਾ ਕੀਆ ਜਾਏਗਾ ਔਰ ਉਨਕੇ ਠੱਗੇ ਗਏ ਪੈਸੇ ਵਾਪਸ ਦਿਲਾਨੇ ਕੀ ਭਰਪੂਰ ਕੋਸ਼ਿਸ਼ ਕੀ ਜਾਏਗੀ। ਫਿਰੋਜ਼ਪੁਰ ਸੇ ਹਲਚਲ ਕੇ ਲੀਏ ਮਨਜੀਤ ਸਿੰਘ ਕੀ ਰਿਪੋਰਟ। ਅੱਜ ਫਿਰੋਜ਼ਪੁਰ ਦੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਅਸੀਂ ਉਦਘਾਟਨ ਕਰ ਰਹੇ ਹਾਂ। ਇਹ ਪੰਜਾਬ ਗੌਰਮੈਂਟ ਅਤੇ ਸਾਡੇ DGP ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੀ ਹਦਾਇਤਾਂ 'ਤੇ ਇਹ ਪੁਲਿਸ ਸਟੇਸ਼ਨ ਸਾਰੇ ਪੰਜਾਬ ਦੇ ਵਿੱਚ ਚਾਲੂ ਕਰ ਦਿੱਤੇ ਗਏ ਹੈ। ਹਰ ਜ਼ਿਲ੍ਹੇ ਡਿਸਟ੍ਰਿਕਟ ਹੈੱਡਕੁਆਟਰ 'ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੋਏਗਾ, ਜਿੱਥੇ ਲੋਕਾਂ ਨਾਲ ਕਾਫੀ ਔਨਲਾਈਨ ਫਰਾਡ ਹੋ ਰਿਹਾ ਹੈ। ਕੋਈ ਬੈਂਕਿੰਗ 'ਚੋਂ ਹੋ ਰਿਹਾ, ਕੋਈ ਸ਼ੋਪਿੰਗ ਹੋ ਰਹੀ ਹੈ, ਕੋਈ ਹੋਰ ਹੋ ਰਿਹਾ, ਕਾਫੀ ਮਤਲਬ ਲੋਕ ਇਸ ਕੰਮ ਤੋਂ ਬਹੁਤ ਤਕਲੀਫ ਮਹਿਸੂਸ ਕਰ ਰਹੇ ਸੀ। ਉਹ ਚੀਜ਼ ਨੂੰ ਸਾਰਟ ਆਊਟ ਕਰਨ ਲਈ ਪੰਜਾਬ ਗੌਰਮੈਂਟ ਨੇ ਹਰ ਡਿਸਟ੍ਰਿਕਟ ਦੇ ਵਿੱਚ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਇਸ ਲਈ ਬਣਾਇਆ ਹੈ ਅਤੇ ਇੱਥੇ ਔਨਲਾਈਨ ਵੀ ਕੰਪਲੇਂਟ ਕਰ ਸਕਦੇ ਹੋ ਤੁਸੀਂ, ਅਤੇ ਜਿੰਨੀ ਜਲਦੀ ਤੋਂ ਜਲਦੀ ਹੋ ਸਕਿਆ ਅਸੀਂ ਲੋਕਾਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਨਾਲ ਜਿਹੜੀ ਠੱਗੀ ਹੋਈ ਹੈ ਉਹ ਪੈਸੇ ਅਸੀਂ ਦਵਾਉਣ ਦੀ ਜਲਦੀ ਕੋਸ਼ਿਸ਼ ਕਰਾਂਗੇ। ਸਰ, ਦੇਖਿਆ ਜਾਏ ਤਾਂ ਸਾਈਬਰ ਕ੍ਰਾਈਮ ਬਹੁਤ ਵੱਧ ਗਿਆ ਹੈ, ਇਸ ਥਾਣੇ ਦੇ ਵਿੱਚ ਕਿੰਨੀ ਕੁ ਨਫਰੀ ਹੋਏਗੀ ਕਿ ਜਿਹੜਾ ਲੋਕਾਂ ਨੂੰ ਜਲਦ ਤੋਂ ਜਲਦ ਉਹਨਾਂ ਦਾ ਸੋਲਿਊਸ਼ਨ ਲੱਭ ਕੇ ਜਾਂ ਜੋ ਉਹਨਾਂ ਠੱਗੀ ਹੋਈ ਹੈ ਉਹਨੂੰ ਰਿਕਵਰ ਕੀਤਾ ਜਾਏਗਾ ਜਾਂ ਠੱਗਾਂ ਦੀ ਖਿਲਾਫ਼? ਇਸ ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਇਹ ਕਾਫੀ ਫਰਾਡ ਕਾਫੀ ਹੋਣ ਲੱਗ ਪਿਆ ਹੈ। ਇਹ ਅਸੀਂ ਇੱਕ ਜਿਹੜਾ ਪੁਲਿਸ ਸਟੇਸ਼ਨ ਹੈ ਉਹਦੇ ਵਿੱਚ ਮੁੱਖ ਅਫਸਰ ਇੰਸਪੈਕਟਰ ਨਵਨੀਤ ਕੌਰ, ਪਹਿਲੀ SHO ਅਸੀਂ ਇੱਥੇ ਲਾਈ ਹੈ, ਉਹਦੇ ਮਤਹਿਤ 8 ਹੋਰ ਮੁਲਾਜ਼ਮ ਹੈ। ਇਹ ਹੁਣ ਤੱਕ ਤਾਂ ਇਹ 8 ਮੁਲਾਜ਼ਮ ਹੈ, ਬਾਕੀ ਟਾਈਮ ਸਿਰ ਅਸੀਂ ਹੋਰ ਵੀ ਇੱਥੇ ਨਫਰੀ ਵਧਾਵਾਂਗੇ। ਅਤੇ ਇੱਥੇ ਇੱਕ FIR ਵੀ ਲੌਜ਼ ਹੋ ਚੁੱਕੀ ਹੈ, ਕਿਸੇ ਵਿਅਕਤੀ ਨਾਲ ਔਨਲਾਈਨ ਟ੍ਰੇਡਿੰਗ ਲਈ ਫਰਾਡ ਹੋਇਆ ਸੀ। ਪਹਿਲਾਂ ਉਸਨੇ 48,650 ਰੁਪਏ ਜਮ੍ਹਾਂ ਕਰਵਾਏ ਅਤੇ 20,000 ਦੀ ਹੋਰ ਡਿਮਾਂਡ ਕਰ ਰਹੇ ਸੀ। ਇਹ ਸਾਡੀ ਪਹਿਲੀ FIR ਹੈ।
ਅਤੇ ਅਸੀਂ ਇਹਦੀ ਡੂੰਘਾਈ ਨਾਲ ਤਫਤੀਸ਼ ਕਰਕੇ ਮਦਈ ਨੂੰ ਪੂਰਾ ਇਨਸਾਫ ਦੇਵਾਂਗੇ। ਸਰ, ਲੋਕਾਂ ਨੂੰ ਹੋਰ ਇੱਥੇ ਕੀ ਸਹੂਲਤ ਮਿਲੇਗੀ ਕਿ ਲੋਕ ਇੱਥੇ ਆਉਣ ਜਿਨ੍ਹਾਂ ਨਾਲ ਠੱਗੀ ਹੁੰਦੀ ਹੈ, ਕਈ ਵਾਰ ਉਹ ਸਾਹਮਣੇ ਨਹੀਂ ਆ ਪਾਉਂਦੇ ਹੈਗੇ, ਉਹ ਆਉਂਦੇ ਨਹੀਂ ਹੈਗੇ, ਹੁਣ ਤੁਸੀਂ ਉਹਨਾਂ ਨੂੰ ਕੀ ਵਿਸ਼ਵਾਸ ਦਿਲਾਉਣਾ ਚਾਹੁੰਦੇ ਹੋ? ਨਹੀਂ, ਹੁਣ ਇਹ ਨਹੀਂ ਹੋਏਗਾ ਕਿਉਂਕਿ ਹੁਣ ਇਹ ਸਪੈਸ਼ਲਾਈਜ਼ਡ ਇੱਕ ਪੁਲਿਸ ਸਟੇਸ਼ਨ ਖੋਲ੍ਹ ਦਿੱਤਾ ਗਿਆ ਅਤੇ ਲੋਕ ਇੱਥੇ ਬੇਝਿਜਕ ਆ ਸਕਦੇ ਹੈ। ਬਾਕੀ ਅਸੀਂ ਮੀਡੀਆ ਦੇ ਰਾਹੀਂ ਵੀ ਇਹ ਮੈਸੇਜ ਦਿੰਦੇ ਹਾਂ, ਜਿਹਦੇ ਨਾਲ ਕੋਈ ਔਨਲਾਈਨ ਫਰੋਡ ਹੁੰਦਾ ਉਹ ਇਮੀਡੀਏਟਲੀ ਇੱਥੇ ਕੰਪਲੇਂਟ ਕਰਨ ਆ ਕੇ ਜਾਂ ਔਨਲਾਈਨ ਕੰਪਲੇਂਟ ਕਰਨ, ਉਸ ਦਾ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਏਗਾ। ਸਰ, ਪੂਰੇ ਪੰਜਾਬ ਭਰ ਦੇ ਵਿੱਚ ਸਾਈਬਰ ਹੁਣ ਖੁੱਲ੍ਹ ਗਏ ਹੈਗੇ ਆ? ਹਾਂ, ਇਹ ਡਿਸਟ੍ਰਿਕਟ ਹੈੱਡਕੁਆਰਟਰ ਜਿਹੜੇ ਵੀ ਆਪਣੇ ਪੰਜਾਬ ਦੇ ਹੈਗੇ ਆ, ਮੈਂ ਪਹਿਲਾਂ ਸਾਈਬਰ ਕ੍ਰਾਈਮ ਦਾ ਉੱਥੇ ਫਾਜ਼ਿਲਕਾ ਵੀ ਉਦਘਾਟਨ ਕਰਕੇ ਆਇਆ ਅਤੇ ਅੱਜ ਅਸੀਂ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਇੱਥੇ ਫਿਰੋਜ਼ਪੁਰ ਉਦਘਾਟਨ ਕਰ ਰਹੇ ਹਾਂ ਅਤੇ ਮੈਡਮ ਸਾਡੇ SSP ਸਾਹਿਬ ਇੱਥੇ ਹਾਜ਼ਰ ਹੈ ਅਤੇ ਇਹ ਵੀ ਵਿਸ਼ਵਾਸ ਦਿਵਾਉਣਗੇ ਤੁਹਾਨੂੰ ਕਿ ਹਰ ਤਰ੍ਹਾਂ ਦਾ ਜਿਹੜਾ ਕੇਸ ਹੈ ਉਹ ਟਰੇਸ ਕੀਤਾ ਜਾਏਗਾ। ਜਲੰਧਰ ਮੇਂ ਸ਼੍ਰੋਮਣੀ ਅਕਾਲੀ ਦਲ ਕੋ ਇੱਕ ਬੜਾ ਝਟਕਾ ਲਗਾ ਹੈ ਕਿਉਂਕਿ ਉਨਕੀ ਉਮੀਦਵਾਰ ਸੁਰਜੀਤ ਕੌਰ ਨੇ ਪਾਰਟੀ ਛੋੜਕਰ ਆਮ ਆਦਮੀ ਪਾਰਟੀ ਮੇਂ ਸ਼ਾਮਿਲ ਹੋਣੇ ਕਾ ਫੈਸਲਾ ਕੀਆ। ਇਸ ਕਦਮ ਸੇ ਸਥਾਨੀਏ ਰਾਜਨੀਤੀ ਮੇਂ ਇੱਕ ਬੜੀ ਹਲਚਲ ਮਚ ਗਈ ਹੈ। ਸੁਰਜੀਤ ਕੌਰ ਕਾ ਸਵਾਗਤ ਖੁਦ ਆਮ ਆਦਮੀ ਪਾਰਟੀ ਕੇ ਪ੍ਰਮੁੱਖ ਔਰ ਪੰਜਾਬ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਆ। ਇਸਸੇ ਪਹਿਲੇ ਸ਼੍ਰੋਮਣੀ ਅਕਾਲੀ ਦਲ ਨੇ ਸੁਰਜੀਤ ਕੌਰ ਸੇ ਆਪਣਾ ਸਮਰਥਨ ਵਾਪਸ ਲੈਣੇ ਕੀ ਘੋਸ਼ਣਾ ਕੀ ਥੀ। ਸੁਰਜੀਤ ਕੌਰ ਨੇ ਇੱਕ ਪ੍ਰੈਸ ਕਾਨਫਰੰਸ ਮੇਂ ਆਪਣੇ ਇਸ ਨਿਰਣੇ ਕੇ ਪੀਛੇ ਕੇ ਕਾਰਨੋਂ ਕੋ ਸਾਂਝਾ ਕਰਤੇ ਹੋਏ ਕਿ ਉਹਨੇ ਪਾਰਟੀ ਮੇਂ ਕਾਮ ਕਰਨੇ ਮੇਂ ਕਠਿਨਾਈਓਂ ਕਾ ਸਾਹਮਣਾ ਕਰਨਾ ਪੜ ਰਹਾ ਥਾ। ਜਲੰਧਰ ਪੱਛਮੀ ਸੀਟ ਪਰ 10 ਜੁਲਾਈ ਕੋ ਉਪਚੁਣਾਵ ਹੋਣੇ ਹੈ ਔਰ ਇਸ ਘਟਨਾਕ੍ਰਮ ਨੇ ਚੁਣਾਵੀ ਮਾਹੌਲ ਕੋ ਔਰ ਵੀ ਦਿਲਚਸਪ ਬਣਾ ਦਿਆ। ਆਮ ਆਦਮੀ ਪਾਰਟੀ ਨੇ ਸੁਰਜੀਤ ਕੌਰ ਕੇ ਸ਼ਾਮਿਲ ਹੋਣੇ ਕੇ ਬਾਅਦ ਇਸ ਸੀਟ ਪਰ ਆਪਣੀ ਪਕੜ ਮਜ਼ਬੂਤ ਕਰਨੇ ਕੀ ਕੋਸ਼ਿਸ਼ ਕੀ ਹੈ। ਵਹੀਂ ਸ਼੍ਰੋਮਣੀ ਅਕਾਲੀ ਦਲ ਕੋ ਇਸ ਝਟਕੇ ਸੇ ਉਭਰਨੇ ਔਰ ਨਏ ਉਮੀਦਵਾਰ ਕੇ ਚਯਨ ਕੀ ਚੁਣੌਤੀ ਕਾ ਸਾਹਮਣਾ ਕਰਨਾ ਪੜ ਰਿਹਾ ਹੈ। ਇਸ ਘਟਨਾਕ੍ਰਮ ਕਾ ਜਲੰਧਰ ਔਰ ਪੰਜਾਬ ਕੀ ਰਾਜਨੀਤੀ ਪਰ ਕਿਆ ਅਸਰ ਹੋਗਾ, ਇਹ ਦੇਖਣਾ ਦਿਲਚਸਪ ਹੋਗਾ। ਸੁਰਜੀਤ ਕੌਰ ਕਾ ਆਮ ਆਦਮੀ ਪਾਰਟੀ ਮੇਂ ਸ਼ਾਮਿਲ ਹੋਣਾ ਨਿਸ਼ਚਿਤ ਰੂਪ ਸੇ ਚੁਣਾਵੀ ਸਮੀਕਰਨੋਂ ਕੋ ਬਦਲ ਸਕਤਾ ਹੈ ਔਰ ਇਸਕੇ ਪਰਿਣਾਮ ਸਵਰੂਪ ਅਨਯ ਰਾਜਨੀਤਿਕ ਦਲੋਂ ਕੋ ਵੀ ਆਪਣੀ ਰਣਨੀਤੀ ਪਰ ਪੁਨਰਵਿਚਾਰ ਕਰਨੇ ਕੀ ਆਵਸ਼ਕਤਾ ਹੋ ਸਕਦੀ ਹੈ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਰਜਨੀਸ਼ ਸ਼ਰਮਾ ਕੀ ਰਿਪੋਰਟ। ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਜਲੰਧਰ ਦੇ ਵਿੱਚ ਅਸੀਂ ਇਹ ਵੀਡੀਓ ਬਣਾ ਰਹੇ ਹਾਂ। ਬੜਾ ਕੁਰਬਾਨੀ ਵਾਲਾ ਪਰਿਵਾਰ ਜਹਿਦਾਰ ਪ੍ਰੀਤਮ ਸਿੰਘ ਜੀ ਦਾ, ਜਿਨ੍ਹਾਂ ਨੇ ਦੇਸ਼ ਕੌਮ ਲਈ, ਪੰਜਾਬ ਦੇ ਹੱਕਾਂ ਲਈ ਜੇਲ੍ਹਾਂ ਕੱਟੀਆਂ, ਸੰਘਰਸ਼ ਕੀਤਾ, ਫਿਰ ਕੌਂਸਲਰ ਦੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ MLA ਵਾਂਗੂ ਨਿਭਾਇਆ, ਇਕੱਲੇ ਇਕੱਲੇ ਬੰਦੇ ਦੀਆਂ ਮੁਸ਼ਕਲਾਂ ਸੁਣੀਆਂ, ਉਹਨਾਂ ਦੇ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ ਬੀਬੀ ਸੁਰਜੀਤ ਕੌਰ ਜੀ ਨੂੰ, ਅਤੇ ਉਹਨਾਂ ਨੇ ਮਾਣ ਮਹਿਸੂਸ ਕੀਤਾ ਕਿ ਚਲੋ ਸਾਡੀ ਕੁਰਬਾਨੀ ਦਾ ਮੁੱਲ ਪਿਆ ਅਤੇ ਅਸੀਂ ਲੜਾਂਗੇ। 18 ਜਿੱਤਾਂ ਬਾਅਦ ਦੀ ਗੱਲ ਹੁੰਦੀ ਹੈ, ਪਰ ਅਚਾਨਕ ਜਦੋਂ ਇਹ ਦੁਨੀਆ ਨੂੰ ਵੀ ਪਤਾ ਲੱਗਿਆ, ਪੂਰੀ ਦੁਨੀਆ ਨੂੰ ਬੜਾ ਭਾਰੀ ਇਸ ਗੱਲ ਦਾ ਰੋਸ ਹੋਇਆ ਕਿ ਆਪਸ ਦੇ ਵਿੱਚ ਆਪਦੀਆਂ ਨਿੱਜੀ ਸਵਾਰਥਾਂ ਦੀ ਲੜਾਈ ਪਿੱਛੇ ਉਹਨਾਂ ਨੇ ਇਸ ਪਰਿਵਾਰ ਦੀ ਜਲਾਲਤ ਕੀਤੀ ਹੈ ਕਿ ਟਿਕਟ ਤੋਂ ਹੀ ਮੁੱਕਰ ਗਏ ਕਿ ਸਾਡੇ ਤਾਂ ਤੱਕੜੀ ਜਿਹੜੀ ਹੈ ਉਹ ਆਫੀਸ਼ੀਅਲੀ ਅਸੀਂ ਤਾਂ ਇਹਦੇ ਨਾਲ ਹੈ ਹੀ ਨਹੀਂ, ਅਸੀਂ ਤਾਂ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰਾਂਗੇ। ਤਾਂ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਕਦੇ ਕੋਈ ਉਹਨਾਂ ਦੀ ਮਿੰਨਤਾਂ ਨਹੀਂ ਕੀਤੀਆਂ, ਇਹ ਤਾਂ ਸੇਵਾ ਕਰਦੇ ਸੀਗੇ ਅਤੇ ਸੇਵਾ ਕਰਦਿਆਂ ਨੂੰ ਕਿਤੇ ਉਹਨਾਂ ਨੂੰ ਟਿਕਟ ਨਿਵਾਜ਼ੀ ਗਈ ਤਾਂ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਸਾਰੇ ਨਾਲ ਜਿਹੜੇ ਵੀ ਇਹਨਾਂ ਦੇ ਦੁੱਖ ਸੁੱਖ 'ਚ ਸਾਥੀ ਪਰਿਵਾਰ ਜਾਂ ਵਲੰਟੀਅਰ ਜਾਂ ਅਹੁਦੇਦਾਰ ਜਥੇਦਾਰ ਸਾਹਿਬਾਨ ਸੀ, ਪਰ ਸਾਰਿਆਂ ਦਾ ਇੱਕ ਦਿਲ ਇਸ 'ਤੇ ਟੁੱਟ ਗਿਆ ਕਿ ਪਹਿਲੀ ਵਾਰ ਇਤਿਹਾਸ 'ਚ ਹੋਇਆ ਕਿ ਪਾਰਟੀ ਦਾ ਪ੍ਰਧਾਨ ਕਿਸੇ ਹੋਰ ਪਾਰਟੀ ਵੱਲ ਹੈ, ਉਸੇ ਮਸ਼ੀਨ ਦੇ ਵਿੱਚ ਉਹਨਾਂ ਦਾ ਚੋਣ ਨਿਸ਼ਾਨ ਕਿਸੇ ਹੋਰ ਕੋਲ ਹੈ।
ਸੋ ਅੱਜ ਮੈਨੂੰ ਬਹੁਤ ਦੱਸਦਿਆਂ ਇਹ ਖੁਸ਼ੀ ਹੁੰਦੀ ਹੈ ਕਿ ਇਹ ਪਰਿਵਾਰ ਨੇ ਫੈਸਲਾ ਕੀਤਾ, ਬੀਬੀ ਜੀ ਨੇ ਫੈਸਲਾ ਕੀਤਾ, ਉਹਨਾਂ ਦੇ ਜਿਹੜਾ ਜਿੰਨੇ ਵੀ ਜਥੇਦਾਰ ਸਾਹਿਬ, ਉਹਨਾਂ ਦਾ ਬੇਟਾ, ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਮਾਣ ਇੱਜ਼ਤ ਹੀ ਬੰਦੇ ਨੂੰ ਚਾਹੀਦੀ ਹੁੰਦੀ ਹੈ, ਹੋਰ ਤਾਂ ਕੀ ਚਾਹੀਦਾ, ਰੋਟੀ ਤਾਂ ਖਾਈ ਜਾਂਦੇ ਲੋਕ। ਸੋ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਦਾ, ਸ਼ਾਮਿਲ ਹੋਣ ਦਾ ਫੈਸਲਾ ਕੀਤਾ ਅਤੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦੇਖਦੇ ਹੋਏ ਅਸੀਂ ਬਹੁਤ ਖੁਸ਼ਕਿਸਮਤ ਸਮਝਦੇ ਆਪਣੇ ਆਪ ਨੂੰ ਕਿ ਸਾਨੂੰ ਇੱਕ ਇਹੋ ਜਿਹਾ ਪਰਿਵਾਰ ਮਿਲਿਆ ਜਿਹੜਾ ਪੰਜਾਬ ਲਈ ਕੁਰਬਾਨੀਆਂ ਦਿੰਦਾ ਰਿਹਾ ਔਰ ਅੱਗੇ ਵੀ ਉਹਨਾਂ ਦੇ ਜਿਹੜਾ ਮਨ ਦੇ ਵਿੱਚ ਪੰਜਾਬ ਲਈ ਦਰਦ ਹੈ, ਉਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਦੇਖਣਾ ਚਾਹੁੰਦੇ ਨੇ। ਸੋ ਇਸ ਕਰਕੇ ਅੱਜ ਮੈਂ ਸਵਾਗਤ ਕਰਦਾ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਵੀ, ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਵੀ, ਕਿ ਬਣਦਾ ਮਾਣ ਸਤਿਕਾਰ ਪਾਰਟੀ ਦੇ ਵਿੱਚ ਮਿਲੂਗਾ, ਸੰਗਠਨ 'ਚ ਮਿਲੂਗਾ, ਸਰਕਾਰ ਦੇ ਵਿੱਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ, ਕਿਉਂਕਿ ਜੇ ਜ਼ਿੰਮੇਵਾਰੀਆਂ ਨਹੀਂ ਦੇਵਾਂਗੇ ਤਾਂ ਕੰਮ ਨਹੀਂ ਹੋ ਸਕਦਾ। ਸੋ ਸਮਾਜ ਲਈ ਜੋ ਵੀ ਕਰਨਾ ਚਾਹੁੰਗੇ ਸਾਡੇ ਵੱਲੋਂ, ਜਿਹੜਾ ਇਸ ਦੁਆਬੇ ਇਲਾਕੇ ਦੇ ਵਿੱਚ ਬੜੀ ਸਾਡੀ ਪਾਰਟੀ ਨੂੰ ਹੁਲਾਰਾ ਮਿਲਿਆ ਹੈ ਕਿ ਸਾਨੂੰ ਇੱਕ ਇਹੋ ਜਿਹੇ ਇਮਾਨਦਾਰ, ਜੋ ਜਿਹਾ ਸਾਡੀ ਪਾਰਟੀ ਦਾ ਅਕਸ ਹੈ, ਇਮਾਨਦਾਰ, ਚੰਗੇ, ਕੁਰਬਾਨੀਆਂ ਵਾਲੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਦੇਖਣ ਦਾ ਦਰਦ ਰੱਖਣ ਵਾਲੇ, ਜੋਸ਼ ਰੱਖਣ ਵਾਲੇ, ਜਜ਼ਬਾ ਰੱਖਣ ਵਾਲੇ ਸਾਡੇ ਵਿੱਚ ਆਏ ਨੇ। ਸੋ ਭੈਣ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਵੀ ਹੈ ਅਤੇ ਪਰਿਵਾਰ ਸਮੇਤ ਤੁਸੀਂ ਔਰ ਆਪਣੇ ਪੂਰੇ ਜਿਹੜਾ ਜਿੰਨੇ ਵੀ ਕਾਫਲਾ ਤੁਹਾਡਾ ਨਾਲ ਚੱਲ ਰਿਹਾ ਉਹਦੇ ਸਮੇਤ ਜ਼ਿਆਦਾ ਤੱਕ ਤੁਸੀਂ ਪਹੁੰਚੇ ਹੋ, ਸਾਰੇ ਘਰ ਆਇਓ, ਜੀ ਆਇਆਂ ਨੂੰ ਹੈ, ਪਾਰਟੀ 'ਚ ਵੀ, ਪੰਜਾਬ ਦੇ ਰੰਗਲਾ ਪੰਜਾਬ ਦੇ ਪਰਿਵਾਰ 'ਚ ਵੀ ਤੁਹਾਡਾ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। जलंधर के वार्ड नंबर 41 के बूथ नंबर 47 में आम आदमी पार्टी की ओर से ब्लॉक प्रभारी सुरसेवक सिंह भुट्टर की अगुवाई में एक मीटिंग का आयोजन किया गया, जिसमें विशेष रूप से मुख्यमंत्री भगवंत मान की बहन मनप्रीत कौर उपस्थित होकर लोगों को संबोधित किया और उन्होंने आप उम्मीदवार मोहिंदर भगत को अपना कीमती वोटे देकर विजयी बनाने की अपील की। इस मौके पर कैबिनेट मंत्री चेतन सिंह जद्दोमाजरा, शहरी जिला प्रधान अमृतपाल सिंह, जिला मीडिया प्रभारी संजीव भगत, ਗੁਰਤੇਜ ਸਿੰਘ ਖੋਸਾ, ਗਗਨ ਧਾਲੀਵਾਲ, ਸੁਜਿੰਦਰ ਕੋਟ, ਦੀਪਕ ਅਰੋੜਾ, ਸਤਨਾਮ ਕਲੇਰ ਸਹਿਤ ਅਨੇ ਇਲਾਕਾ ਨਿਵਾਸੀ ਵੀ ਮੌਜੂਦ ਰਹੇ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਦੇਸ਼ ਭਗਤ ਕੀ ਰਿਪੋਰਟ। ਵਾਰਡ ਨੰਬਰ 41 ਦੀ ਮੇਰੀ ਸਾਰੀ ਸਾਥ ਸੰਗਤ, ਭੈਣਾਂ, ਮਾਵਾਂ, ਨੌਜਵਾਨ ਜੀ, ਬਜ਼ੁਰਗ ਤੇ ਸਾਰੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ, ਮੰਤਰੀ ਸਾਹਿਬ, ਸਾਰੇ ਦਰਜਾ ਬਦਰਜਾ ਅਹੁਦੇਦਾਰ ਸਾਹਿਬਾਂ, ਸਭ ਤੋਂ ਪਹਿਲਾਂ ਫਤਿਹ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੱਥ ਜੋੜ ਕੇ ਤੁਹਾਡੇ ਤੋਂ ਮਾਫ਼ੀ ਮੰਗਦੇ ਹਾਂ ਕਿ ਇੰਨੀ ਗਰਮੀ 'ਚ ਤੁਹਾਨੂੰ ਇੰਤਜ਼ਾਰ ਕਰਨਾ ਪਿਆ, ਬਹੁਤ ਟਾਈਮ ਤੋਂ ਤੁਸੀਂ ਬੈਠੇ ਹੋ ਇੱਥੇ ਗਰਮੀ 'ਚ, ਬਹੁਤ ਬਹੁਤ ਧੰਨਵਾਦ, ਕਿਉਂਕਿ ਪਿਛਲੇ ਪ੍ਰੋਗਰਾਮਾਂ 'ਤੇ ਥੋੜ੍ਹਾ ਜਿਹਾ ਟਾਈਮ ਵੱਧ ਲੱਗ ਜਾਂਦਾ, ਪਿਆਰ ਇੰਨਾ ਦੇ ਰਹੀਆਂ ਨੇ ਮਾਵਾਂ, ਭੈਣਾਂ, ਨੌਜਵਾਨ ਵੀਰ, ਬਜ਼ੁਰਗ ਸਾਰੇ, ਸੋ ਸਾਰਿਆਂ ਦੀਆਂ ਗੱਲ ਸੁਣਨੀ ਵੀ ਪੈਂਦੀ ਹੈ ਜਦੋਂ ਆਪਾਂ ਕਿਤੇ ਗਏ ਹਾਂ ਤਾਂ ਫਿਰ ਉਹਨਾਂ ਦਾ ਦੁੱਖ ਸੁੱਖ ਜਿੰਨਾ ਕੁ ਉਹਨਾਂ ਨੂੰ ਲੱਗਦਾ ਹੈਗਾ ਕਿ ਹੁਣੇ ਗੱਲ ਕਰਨ ਵਾਲੀ ਹੈ ਤਾਂ ਫਿਰ ਉਹ ਭੱਜਿਆ ਵੀ ਨਹੀਂ ਜਾਂਦਾ, ਕਿਉਂਕਿ ਇਕੱਲੀਆਂ ਵੋਟਾਂ ਦਾ ਮਤਲਬ ਨਹੀਂ ਹੁੰਦਾ, ਅਸੀਂ ਸਿਰਫ ਇਕੱਲੀਆਂ ਵੋਟਾਂ ਲੈਣ ਨਹੀਂ ਆਏ, ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਇਹ ਇੱਕ ਬਹਾਨਾ ਬਣ ਜਾਂਦਾ ਤੁਹਾਨੂੰ ਮਿਲਣ ਦਾ। ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਕਿ ਸਾਰੀ ਟੀਮ ਜਿੱਦਾਂ ਲੱਗੀ ਹੋਈ ਹੈ ਤੁਹਾਡੇ ਨਾਲ, ਪਰਿਵਾਰ ਵਾਂਗੂ ਤੁਹਾਡੇ ਨਾਲ ਸਾਰੇ ਵਿਚਰ ਰਹੇ ਨੇ, ਪਹਿਲਾਂ ਵੀ ਦੋ ਵਾਰੀ ਤੁਸੀਂ ਨੇ ਜਲੰਧਰ ਇਲੈਕਸ਼ਨ 'ਚ ਬਹੁਤ ਪਿਆਰ ਦਿੱਤਾ, ਭਗਵੰਤ ਭਾਈ ਜੀ ਨੂੰ ਇੰਨਾ ਮਾਣ ਦਿੱਤਾ, ਉਸੇ ਤੁਹਾਡੇ ਪਿਆਰ ਦੇ ਸਦਕਾ, ਤੁਹਾਡੇ ਮਾਣ ਦੇ ਸਦਕਾ, ਤੁਹਾਡੇ ਸਤਿਕਾਰ ਦੇ ਸਦਕਾ ਉਹ ਕਹਿੰਦੇ ਹੁਣ ਜਿਹੜੀ ਜਲੰਧਰ ਇਲੈਕਸ਼ਨ ਆਈ ਹੈ
ਇਹ ਆਉਣੀ ਨਹੀਂ ਚਾਹੀਦੀ ਸੀ, ਆਪਣੇ ਤੇ ਭਾਰ ਹੈ ਇੱਕ ਤਰ੍ਹਾਂ ਦਾ, ਪਰ ਜਦੋਂ ਹੁਣ ਆ ਗਈ ਹੈ, ਜਦੋਂ ਛੱਡ ਕੇ ਚਲੇ ਗਏ ਤਾਂ ਫਿਰ ਉਹ ਆਪਾਂ ਨੂੰ ਮੌਕਾ ਮਿਲ ਗਿਆ ਕਿਸੇ ਵਧੀਆ ਬੰਦੇ ਨੂੰ ਜਿਤਾਉਣ ਦਾ, ਕਿਉਂਕਿ ਪਹਿਲਾਂ ਪਰਖਣ 'ਚ ਸਾਥੋਂ ਥੋੜ੍ਹੀ ਜਿਹੀ ਗਲਤੀ ਹੋ ਗਈ ਸੀ। ਕਹਿੰਦੇ ਆ ਕਿ ਵਾਹ ਪੈ ਜਾਣੀ ਹੈ ਜਾਂ ਰਾਹ ਪੈ ਜਾਣੀ ਹੈ, ਬੰਦੇ ਨਾਲ ਵਾਹ ਪੈ ਕੇ ਪਤਾ ਲੱਗਦਾ ਹੈ ਕਿ ਉਹਦੇ 'ਚ ਕੀ ਗੁਣ ਨੇ। ਸੋ ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਨੀ, ਆਪਾਂ ਨੇ ਇਹ ਦੇਖਣਾ ਹੈ ਕਿ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ। ਜੇ ਕੋਈ MLA ਮੰਤਰੀ ਮੁੱਖ ਮੰਤਰੀ ਇਹ ਸਮਝੇ ਕਿ ਮੈਂ ਲੋਕਾਂ ਨੂੰ ਜਿਵੇਂ ਮਰਜ਼ੀ ਬੇਵਕੂਫ ਬਣਾ ਲਵਾਂ, ਕਦੇ ਮੈਂ ਇੱਧਰ ਕਦੇ ਮੈਂ ਇੱਧਰ, ਲੋਕ ਮੇਰੇ ਪਿੱਛੇ ਆਈ ਜਾਣਗੇ, ਤਾਂ ਲੋਕ ਜਦੋਂ ਸਿਆਣੇ ਹੁੰਦੇ ਹੈ ਤਾਂ ਫਿਰ ਉਹ ਕਹਿ ਦਿੰਦੇ ਆ ਕਿ ਜੇ ਅਸੀਂ ਤੁਹਾਨੂੰ ਜਿਤਾ ਸਕਦੇ ਹਾਂ ਤਾਂ ਅਸੀਂ ਤੁਹਾਨੂੰ ਹਰਾ ਵੀ ਸਕਦੇ ਹਾਂ। ਜਿਹੜੀਆਂ ਪਹਿਲੀਆਂ ਇਲੈਕਸ਼ਨਾਂ 'ਚ ਤੁਸੀਂ ਨੇ ਕਰਕੇ ਵੀ ਦਿਖਾਈ। ਸੋ ਇਹ ਜਿਹੜਾ ਤੁਹਾਡਾ ਮਾਣ ਪਿਆਰ ਬਾਈ ਜੀ ਲਈ ਇੰਨਾ ਤੁਸੀਂ ਪਿਆਰ ਸਤਿਕਾਰ ਦੇ ਰਹੇ ਹੋ, ਉਸੇ ਪਿਆਰ ਸਤਿਕਾਰ ਦੇ ਸਦਕਾ ਉਹ ਕਹਿੰਦੇ ਜਲੰਧਰ 'ਚ ਰਹਿਣਾ ਹੈ, ਜਲੰਧਰ ਦੇ ਲੋਕਾਂ ਨੂੰ ਚੰਡੀਗੜ੍ਹ ਨਾ ਆਉਣਾ ਪਵੇ, ਕਿਉਂਕਿ ਜਦੋਂ ਵੋਟਾਂ ਹੁੰਦੀਆਂ ਨੇ ਅਸੀਂ ਤੁਹਾਡੇ ਕੋਲ ਆਉਂਦੇ ਹਾਂ ਵੋਟਾਂ ਮੰਗਣ ਵਾਸਤੇ, ਤਾਂ ਬਾਅਦ 'ਚ ਫਿਰ ਕੰਮ ਕਰਾਉਣ ਲਈ ਤੁਹਾਨੂੰ ਕਿਉਂ ਜਾਣਾ ਪਵੇ ਚੰਡੀਗੜ੍ਹ, ਫਿਰ ਸਰਕਾਰ ਇੱਥੇ ਹੋਵੇ ਨਾ, ਸਰਕਾਰ ਤੁਹਾਡੇ ਸ਼ਹਿਰ 'ਚ ਹੋਵੇ, ਤੁਹਾਡੇ ਜਿਹੜੇ ਛੋਟੇ ਛੋਟੇ ਕੰਮ ਨੇ ਹੁਣ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਜਿਹੜੇ ਘਰ ਲਿਆ ਕਿਰਾਏ 'ਤੇ ਉਹਦੇ 'ਤੇ ਲੋਕ ਆਉਂਦੇ ਨੇ, ਛੋਟੀਆਂ ਛੋਟੀਆਂ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ ਦਾ, ਕੋਈ ਮਜ਼ਦੂਰ ਹੈ, ਕੋਈ ਆਪਣਾ ਛੋਟਾ ਵਪਾਰ ਕਰਕੇ ਕੋਈ ਆਪਣਾ ਪੇਟ ਪਾਲ ਰਿਹਾ, ਛੋਟੇ ਛੋਟੇ ਕੰਮ ਹੁੰਦੇ ਨੇ, ਤਾਂ ਚੰਡੀਗੜ੍ਹ ਬਹੁਤ ਦੂਰ ਪੈਂਦਾ। ਸੋ ਹੁਣ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਊਗੀ, ਇੱਥੇ ਤੁਹਾਡੇ ਸ਼ਹਿਰ 'ਚ ਜਲੰਧਰ 'ਚ ਘਰ ਹੋਊਗਾ, ਮਾਨਸਾ ਵੀ ਆਇਆ ਕਰਨਗੇ, ਸਾਡੇ ਪਰਿਵਾਰ ਤੋਂ ਕੋਈ ਨਾ ਕੋਈ ਮੈਂਬਰ ਇੱਥੇ ਰਹੂਗਾ ਅਤੇ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਹੋਣਗੀਆਂ ਉਹ ਨਾਲ ਨਾਲ ਹੱਲ ਹੋਣਗੀਆਂ। 2022 ਦੇ ਜੋ ਇਲੈਕਸ਼ਨ ਸੀਗੇ, ਉਸ ਇਲੈਕਸ਼ਨ ਦੇ ਦੌਰਾਨ ਜੋ ਵਾਅਦੇ ਕੀਤੇ ਸੀਗੇ, ਉਹਨਾਂ ਵਿੱਚੋਂ ਇੱਕ ਵਾਅਦਾ ਬਿਜਲੀ ਦਾ ਵੀ ਸੀਗਾ ਕਿ ਜੇ ਤੁਸੀਂ ਸਾਡੀ ਸਰਕਾਰ ਬਣਾਉਂਦੇ ਹੋ, ਜੋ ਵਾਅਦੇ ਜੋ ਗਰੰਟੀਆਂ ਅਸੀਂ ਤੁਹਾਨੂੰ ਦੇ ਰਹੇ ਹਾਂ ਉਹ ਅਸੀਂ ਪਹਿਲ ਦੇ ਆਧਾਰ 'ਤੇ ਜਿਹੜਾ ਉਹ ਪੂਰੀਆਂ ਕਰਾਂਗੇ। 600 ਯੂਨਿਟ ਬਿਜਲੀ ਦਾ ਵਾਅਦਾ ਮਾਨ ਸਾਹਿਬ ਨੇ ਸਰਕਾਰ ਬਣਦਿਆਂ ਹੀ ਪਹਿਲੀ ਕੈਬਨਿਟ ਦੀ ਬੈਠਕ ਦੇ ਵਿੱਚ 600 ਯੂਨਿਟ ਜਿਹੜੀ ਬਿਜਲੀ ਆ ਉਹ ਹਰ ਪਰਿਵਾਰ ਨੂੰ ਦਿੱਤੀ ਹੈ, ਜਦਕਿ ਦੂਸਰੀਆਂ ਪਾਰਟੀਆਂ ਹਾਲੇ ਤੱਕ ਜਿਹੜਾ ਉਹ ਲਾਰਾਂ ਹੀ ਲਾਉਂਦੀਆਂ ਰਹੀਆਂ। ਕਿਸੇ ਨੇ ਵੀ ਜਿਹੜਾ ਉਹ ਪਹਿਲੀ ਵਾਰ ਸਰਕਾਰ ਬਣਦਿਆਂ ਪਹਿਲੀ ਬੈਠਕ ਦੇ ਵਿੱਚ ਕਿਸੇ ਨੇ ਪੂਰਾ ਨਹੀਂ ਕੀਤਾ। ਪੂਰਵ ਮੁੱਖ ਮੰਤਰੀ ਪੰਜਾਬ ਔਰ ਜਲੰਧਰ ਸੇ ਕਾਂਗਰਸ ਕੇ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਵੈਸਟ ਕੇ ਅੰਦਰੂਨੀ ਇਲਾਕੋ ਮੇ ਡੋਰ ਟੂ ਡੋਰ ਪ੍ਰਚਾਰ ਕਿਆ ਔਰ ਕਾਂਗਰਸ ਕੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਕੇ ਪਕਸ਼ ਮੇ ਵੋਟ ਡਾਲਨੇ ਕੀ ਅਪੀਲ ਕੀ। ਚੰਨੀ ਨੇ ਕਿਹਾ ਕਿ ਜਲੰਧਰ ਕੇ ਲੋਗੋ ਨੇ ਉਨ੍ਹੇ ਸਾਂਸਦ ਚੁਣਿਆ ਔਰ ਉਨਕੀ ਪਹਿਲੀ ਪ੍ਰਾਥਮਿਕਤਾ ਜਲੰਧਰ ਕਾ ਵਿਕਾਸ ਕਰਨਾ ਹੈ। ਉਨ੍ਹਾਂ ਨੇ ਆਗੇ ਕਿਹਾ ਕਿ ਜਲੰਧਰ ਵੈਸਟ ਮੇ ਪੀਣੇ ਕੇ ਪਾਣੀ ਕੀ ਬੜੀ ਸਮੱਸਿਆ ਹੈ ਔਰ ਸਾਰੇ ਟਿਊਬਵੈਲ ਖਰਾਬ ਹੋ ਚੁੱਕੇ ਹੈ। ਵੇ ਆਪਣੇ ਸਾਂਸਦ ਨਿਧੀ ਜੋ ਕਿ ਵਾਰਸ਼ਿਕ 5 ਕਰੋੜ ਰੁਪਏ ਹੈ ਸੇ ਨਏ ਟਿਊਬਵੈਲ ਲਗਵਾਏਂਗੇ ਔਰ ਲੋਗੋ ਕੀ ਪੀਣੇ ਕੇ ਪਾਣੀ ਕੀ ਸਮੱਸਿਆ ਕਾ ਸਮਾਧਾਨ ਕਰੇਂਗੇ। ਚੰਨੀ ਨੇ ਜਲੰਧਰ ਵੈਸਟ ਕੇ ਲੋਗੋ ਕਾ ਕਾਂਗਰਸ ਉਮੀਦਵਾਰ ਕੋ ਸਮਰਥਨ ਦੇਨੇ ਕੇ ਲੀਏ ਧੰਨਵਾਦ ਕੀਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਸੇ ਹੀ ਜਨਤਾ ਕੀ ਸਮੱਸਿਆਓ ਕੇ ਪ੍ਰਤੀ ਸੰਵੇਦਨਸ਼ੀਲ ਰਹੀ ਹੈ ਔਰ ਉਨਕੀ ਪਾਰਟੀ ਨੇ ਹਮੇਸ਼ਾ ਜਨਤਾ ਕੇ ਹਿੱਤ ਮੇ ਕਾਮ ਕੀਆ ਹੈ। ਇਸ ਮੌਕੇ ਪਰ ਜਲੰਧਰ ਕੈਂਟ ਸੇ ਕਾਂਗਰਸ ਕੇ ਵਿਧਾਇਕ ਪ੍ਰਗਟ ਸਿੰਘ ਨੇ ਵੀ ਆਪਣੀ ਉਪਸਥਿਤੀ ਦਰਜ ਕਰਾਈ ਔਰ ਜਨਤਾ ਸੇ ਕਾਂਗਰਸ ਕੇ ਪਕਸ਼ ਮੇ ਵੋਟ ਦੇਨੇ ਕੀ ਅਪੀਲ ਕੀ। ਇਸ ਅਵਸਰ ਪਰ ਕਾਂਗਰਸ ਪਾਰਟੀ ਕੇ ਅਨਿਆ ਵਰਿਸ਼ਠ ਨੇਤਾਓਂ ਔਰ ਕਾਰਜਕਰਤਾਓਂ ਨੇ ਵੀ ਹਿੱਸਾ ਲਿਆ ਔਰ ਜਲੰਧਰ ਵੈਸਟ ਕੀ ਜਨਤਾ ਸੇ ਕਾਂਗਰਸ ਕੋ ਵੋਟ ਦੇਨੇ ਕੀ ਅਪੀਲ ਕੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਵਹਿ ਪਾਰਟੀ ਹੈ ਜੋ ਵਾਸਤਵ ਮੇ ਜਨਤਾ ਕੀ ਸੇਵਾ ਕਰਤੀ ਔਰ ਉਨਕੇ ਵਿਕਾਸ ਕੇ ਲੀਏ ਪ੍ਰਤੀਬੰਧ ਹੈ। ਜਲੰਧਰ ਸੇ ਹਲਚਲ ਕੇ ਲੀਏ ਕੈਮਰਾਮੈਨ ਰਜਨੀਸ਼ ਸ਼ਰਮਾ ਕੀ ਰਿਪੋਰਟ। ਮੈਨੂੰ ਇੰਨੀ ਗੱਲ ਸਮਝ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਪਿਛਲੇ
ਸਾਲਾਂ 2 ਸਾਲਾਂ 2.5 ਸਾਲਾਂ ਜੋ ਇਹਨਾਂ ਦੀ ਕਰਤੂਤ ਹੈ ਉਹ ਸਾਰਿਆਂ ਦੇ ਸਾਹਮਣੇ ਇਹਨਾਂ ਦਾ ਹੀ MLA ਸੀ ਰਿਜ਼ਾਈਨ ਕਰਕੇ ਹੁਣ ਦੁਬਾਰਾ ਮੈਨੂੰ ਲੱਗਦਾ ਇਸ ਜ਼ਿੰਮੇ ਤੋਂ ਦੀ ਜ਼ਰੂਰਤ ਸੀ ਲੇਕਿਨ ਮੈਂ ਕੋਈ ਤੁਹਾਡੇ ਜ਼ਰੀਏ ਇੱਕ ਸੁਨੇਹਾ ਦੇ ਰਿਹਾ ਇਹੋ ਜਿਹੇ ਲੋਕ ਜਿਹੜੇ ਆ ਪੋਲੀਟਿਕਸ ਦੇ ਵਿੱਚ ਨਹੀਂ ਹੋਣੇ ਚਾਹੀਦੇ ਮੈਂ ਕਹਿੰਦਾ ਜੇ ਸਾਡੀ ਵੀ ਪਾਰਟੀ ਕੋਈ ਇੱਦਾਂ ਦਾ ਹੋਵੇ ਨਾ ਤੇ ਲੋਕੀ ਉਹਨੂੰ ਵੋਟ ਨਾ ਕਿਉਂਕਿ ਇਹੋ ਜਿਹੇ ਕਿਰਦਾਰ ਜੇ ਪੋਲੀਟਿਕਸ ਦਾ ਪ੍ਰਭੂਗਾ ਉਹਦੇ ਨਾਲ ਨਾਲ ਕਿਉਂਕਿ ਜਿਹੜਾ ਹੁਣ ਇਹ ਅਕਾਲੀ ਦਲ ਪੰਜਾਬ ਦੇ ਵਿੱਚ ਜ਼ਰੂਰ ਰਹਿਣਾ ਚਾਹੀਦਾ ਤਾਂ ਕਿ ਰੀਜਨਲ ਪਾਰਟੀ ਜਿਹੜੀ ਆ ਉਹ ਖੜੀ ਰਹੇ ਤਾਂ ਕਿ ਦੂਸਰੀਆਂ ਪਾਰਟੀਆਂ ਵੀ ਕੰਪੀਟੀਸ਼ਨ ਦੇ ਵਿੱਚ ਆਣ ਕੇ जलंधर पश्चिम के उपचुनाव से पहले बीजेपी को बड़ा झटका लगा है। सुशील रिंकू के समर्थक नवजोत सिंह माल्टा ने अपने साथियों के साथ बीजेपी छोड़कर कांग्रेस का दामन थाम लिया है। कांग्रेस के जलंधर से सांसद चरणजीत सिंह चन्नी ने इन समर्थकों को कांग्रेस में शामिल किया। इस अवसर पर चन्नी ने कहा कि जलंधर पश्चिम में चुनावी अभियान जोरों पर चल रहा है और कांग्रेस पार्टी लगातार मजबूत होती जा रही है। उन्होंने दावा किया कि कांग्रेस उम्मीदवार सुरेंद्र कौर की जीत पक्की है और वह भारी मतों के अंतर से विजय होंगी। चन्नी के सभी नए सदस्यों का स्वागत करते हुए कहा कि उनकी पार्टी सभी का सम्मान करती है और साथ मिलकर विकास के पथ पर आगे बढ़ेगी। इस मौके पर जलंधर कैंट के विधायक प्रगट सिंह, पूर्व विधायक राजेंद्र बेरी और कई स्थानीय नेता भी उपस्थित थे। जलंधर से हलचल के लिए कैमरामैन रजनीश शर्मा की रिपोर्ट। ਜਿਹਦੇ ਵਿੱਚ ਅੱਜ ਕਾਂਗਰਸ ਪਾਰਟੀ ਦੇ ਵਿੱਚ ਵਾਧਾ ਹੋਣ ਜਾ ਰਿਹਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਨੌਜਵਾਨ ਆਗੂ ਜਿਹੜੇ ਕਿ ਪਹਿਲਾਂ BJP ਰਿੰਕੂ ਦੇ ਨਾਲ ਘੁੰਮ ਸੀਗੇ ਉਹ ਅੱਜ ਉਹਨਾਂ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਰਹੇ। ਨਵਜੋਤ ਸਿੰਘ ਮਾਲਟਾ ਜੀ ਆਪਣੇ ਸਾਰੇ ਸਾਥੀਆਂ ਸਮੇਤ ਜਿੰਨੇ ਨੌਜਵਾਨ ਮੁੰਡੇ ਅਤੇ ਹੋਰ ਖੜ੍ਹੇ ਆ ਇਹਨਾਂ ਦੇ ਨਾਲ ਮਿਲ ਕੇ ਕਾਂਗਰਸ ਪਾਰਟੀ 'ਚ ਆਏ। ਸਾਨੂੰ ਬੜਾ ਬਲ ਮਿਲਿਆ ਇਹਨਾਂ ਦੇ ਆਉਣ ਦਾ। ਮੈਂ ਇਹਨਾਂ ਦਾ ਇਹਨਾਂ ਦੇ ਪਰਿਵਾਰ ਇਹਨਾਂ ਦੇ ਪਿਤਾ ਜੀ ਵੀ ਆਏ ਆ ਅਤੇ ਸਾਰੇ ਇਹਨਾਂ ਦੇ ਸਾਥੀ ਨੌਜਵਾਨ ਲੱਗਿਆ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਅੱਜ ਇੱਥੇ ਸਾਥ ਦਿੱਤਾ ਹੈ ਜਿਹਦੇ ਨਾਲ ਕਾਂਗਰਸ ਪਾਰਟੀ ਦੀ ਲੀਡ ਹੈ ਜਿਹੜੀ ਉਹਦੇ 'ਚ ਹੋਰ ਵਾਧਾ ਹੋਏਗਾ। ਬਹੁਤ ਹੀ ਅੱਛੇ ਨੌਜਵਾਨ ਹੈ ਅਸੀਂ ਇਹਨਾਂ ਦਾ ਜੀ ਆਇਆਂ ਕਰਦੇ ਧੰਨਵਾਦ। ਅਕਾਲੀ ਦਲ ਸੇ ਬਗਾਵਤ ਕਰਨ ਵਾਲੇ ਅਕਾਲੀ ਨੇਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਔਰ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਕੋ ਇੱਕ ਸ਼ਮਾ ਪੱਤਰ ਸੌਂਪਾ ਔਰ ਉਸਕੇ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਪਰ ਅਰਦਾਸ ਕੀ ਗਈ। ਇਸ ਦੌਰਾਨ ਪੱਤਰਕਾਰੋ ਸੇ ਬਾਤਚੀਤ ਕਰਦੇ ਹੋਏ ਪ੍ਰੇਮ ਸਿੰਘ ਚੰਦੂ ਮਾਜਰਾ, ਪਰਮਿੰਦਰ ਸਿੰਘ ਢੀਂਡਸਾ ਔਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਹਮਨੇ ਅਕਾਲੀ ਦਲ ਕੇ
पुण्य एकीकरण के लिए श्री अकाल तख्त साहिब पर प्रार्थना की है और अपनी गलती के लिए माफ़ी मांगी है। उन्होंने आगे कहा कि अकाली दल, बागी गुट और बीजेपी की बी टीम द्वारा लगाए जा रहे सभी आरोप झूठे हैं, क्योंकि अगर हम बीजेपी की बी टीम होते तो हम कभी भी अकाली दल को फिर से एकजुट करने की बात नहीं करते। कोई नया अकाली दल नहीं बनाएंगे, हम केवल पुराने अकाली दल को मजबूत करेंगे। हमने आज अकाल तख्त साहिब के जत्थेदार को दिए गए याचिका पत्र में चार गलतियों की और ध्यान दिलाया है, जिसके लिए माफी मांगते हैं। अमृतसर से हलचल के लिए सुनील खोसला की रिपोर्ट। श्रोमणी अकाली दल दी सरकारां दे विच जो किते कताही हुई, कमी रही, गलतियां हुईयां, उन्हां दी नूं रोकण दे विच असीं सफल ना हो सके। अकाली लीडरशिप का हिस्सा होंदे हुए उहदी खीमा जाचका दे लई असीं जहदा श्री अकाल तख्त साहिब नूं पेश हो के अपनी बेनती की आ और मंग की आ कि सानू जिहड़ी भी कोई गलती हुई आ, क्योंकि साढ़े गुरु का भी हुक्म आ भी अखां दे सामने कोई गलती होवे उहनूं चुप करके देखी जाणा, उहदी गलती हुंदी आ। सो इस लई असीं उहदी खीमा जाचका लई अज जहदार साहिब नूं अर्जी दे के आ। ਸਾਰੇ ਜਣੇ ਇਹ ਗੱਲ ਕਹਿ ਰਹੇ ਆ, ਖਾਸ ਕਰਕੇ ਤੁਹਾਡੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਸਾਰੇ ਇਹੀ ਗੱਲ ਕਹਿ ਰਹੇ ਆ ਕਿ ਪਿਛਲੇ 10 ਸਾਲਾਂ ਤੋਂ ਜਦੋਂ ਸੱਤਾ ਦੇ ਵਿੱਚ ਸੀਗੇ ਜਾਂ 25 ਸਾਲ ਪਹਿਲਾਂ ਸੀਗੇ ਜਦੋਂ ਇਹ ਗਲਤੀਆਂ ਹੋਈਆਂ ਉਦੋਂ ਕਿਹੜੀ ਚੇਤਾ ਆ, ਉਦੋਂ ਕਿਹੜੀ ਇਹੀ ਤਾਂ ਮਾਫ਼ੀ ਮੰਗਣ ਲਈ ਆਏ ਆ, ਇਹੀ ਤਾਂ ਅਸੀਂ ਕਹਿ ਰਹੇ ਹਾਂ ਵੀ ਅਸੀਂ ਪੁਆਇੰਟ ਆਊਟ ਕਰਨ ਦੇ ਬਾਵਜੂਦ ਵੀ ਇਹ ਵੀ ਅਸੀਂ ਸਫਲ ਨਹੀਂ ਹੋ ਸਕੇ ਉਹ ਗਲਤੀਆਂ ਦਰੁਸਤ ਕਰਨ ਦੇ ਵਿੱਚ। ਇਸੇ ਗਲਤੀ ਦਾ ਅਸੀਂ ਗਲਤੀ ਮਤਲਬ ਮੰਨ ਕੇ ਮੰਨਣ ਲਈ ਉਹਦੀ ਮਾਫ਼ੀ ਮੰਗਣ ਲਈ ਆਏ। ਲਿਖਤੀ ਤੌਰ ਤੇ ਸਾਰਾ ਕੁਝ ਦਿੱਤਾ ਹੋਇਆ, ਜਿਹਦੀ ਜਿਹਦੀ ਜਿੰਨੀ ਜਿੰਨੀ ਗਲਤੀ ਆ ਉਹ ਜਹਿਦਾਰ ਸਾਹਿਬ ਨੇ ਫੈਸਲਾ ਕਰਨਾ ਇਹਦੀ ਕਿੰਨੀ ਗਲਤੀ ਆ ਔਰ ਕਿਵੇਂ ਉਹ ਕਿੰਨੀ ਕੁ ਪੰਥਕ ਰੋਹ ਰੀਤਾਂ ਅਨੁਸਾਰ ਉਸ ਸਜ਼ਾ ਦਾ ਹੱਕਦਾਰ ਆ, ਤੇ ਉਹ ਪੰਥਕ ਰੋਹ ਰੀਤਾਂ ਅਨੁਸਾਰ ਅਸੀਂ ਕਿਹਾ ਅਸੀਂ ਸਜ਼ਾ ਭੁਗਤਣ ਨੂੰ ਤਿਆਰ ਹਾਂ। ਕੀ ਸਜ਼ਾ ਲਾਉਣੀ ਹੈ, ਜੋ ਵੀ ਕੁਛ ਕਰਨਾ ਚਾਹੁੰਦੇ ਨੇ ਉਹਨਾਂ ਦੇ, ਅਸੀਂ ਤਾਂ ਉਹਨਾਂ ਦੇ ਸਨਮੁੱਖ ਇੱਕ ਸੇਵਕ ਦੇ ਤੌਰ 'ਤੇ, ਇੱਕ ਗੁਨਾਹਗਾਰ ਦੇ ਤੌਰ 'ਤੇ ਅੱਜ ਪੇਸ਼ ਹੋਏ। ਅੱਛਾ, ਜਹਿਦਰ ਸਾਹਿਬ ਨੂੰ ਤੁਸੀਂ ਬੇਨਤੀ ਕੀਤੀ ਇਹਨਾਂ ਸਾਰੀਆਂ ਗਲਤੀਆਂ ਦਾ, ਤੁਸੀਂ ਉਹਨਾਂ ਸਾਹਮਣੇ ਪੇਸ਼ ਹੋਏ ਜਦੋਂ, ਉਦੋਂ ਜ਼ੁਬਾਨੀ ਵੀ ਮਾਫ਼ੀ ਮੰਗੀ ਅਤੇ ਉਹਨਾਂ ਦਾ ਅੱਗੋਂ ਕੀ ਰਿਐਕਸ਼ਨ ਸੀ? ਦੇਖੋ, ਉਹਨਾਂ ਨੇ ਕਿਹਾ ਵੀ ਅਸੀਂ ਸਾਰਾ ਵਿਚਾਰ ਕੇ ਫਿਰ ਅੱਗੇ ਤੁਹਾਨੂੰ ਦੱਸਾਂਗੇ। ਹਜੇ ਤਾਂ ਉਹਨਾਂ ਨੇ ਸਾਰੀ ਗੱਲ ਨੂੰ ਵਿਚਾਰਨ ਦੀ ਗੱਲ ਕੀਤੀ ਹੈ, ਕਿਉਂਕਿ ਪੜ੍ਹਨਗੇ ਵਿਚਾਰਨਗੇ ਅੱਗੇ ਤਾਂ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨਾਂ ਨੇ, ਪੰਜੇ ਸਿੰਘ ਸਾਹਿਬਾਨਾਂ ਨੇ ਫੈਸਲਾ ਕਰਨਾ ਕੀ ਕਰਨਾ। ਤੁਹਾਡੇ ਪੈਰਲਰ ਫਿਰ ਡਾਕਟਰ ਦਲਜੀਤ ਸਿੰਘ ਚੀਮਾ ਬੋਲ ਰਹੇ ਨੇ, ਹੁਣੇ ਥੋੜ੍ਹੀ ਦੇਰ ਪਹਿਲਾਂ ਬੋਲ ਰਹੇ ਸੀ, ਉਹਨਾਂ ਨੇ ਕਿ ਜੋ ਅੱਜ ਤੁਹਾਡੇ ਆਗੂ ਜਿਹੜੇ ਨੇ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ, ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਨੇ, ਉਹਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ। ਫਿਰ ਮੇਰੀ ਗੱਲ ਸੁਣੋ, ਇੱਕ ਜੇ ਅਸੀਂ ਪੂਰੇ ਪੰਥ ਦੀ ਗੱਲ ਕਰਦੇ ਹਾਂ ਤਾਂ ਅੰਮ੍ਰਿਤਪਾਲ ਸਿੰਘ ਜੀ, ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦਾ ਸਾਰਾ ਪਰਿਵਾਰ ਇੱਕ ਉਹਦਾ ਨਿਖੱਟਾ ਅੰਗ ਹੈ। ਸੋ ਉਹਨਾਂ ਨਾਲ ਗੱਲ ਕਰਨੀ ਤਾਂ ਜ਼ਿੰਮੇਵਾਰੀ ਬਣਦੀ ਹੈ। ਜੇ ਉਸਦਾ ਉਹਨਾਂ ਨੇ ਨਹੀਂ ਗੱਲ ਕੀਤੀ ਤਾਂ ਉਸ ਤੋਂ ਬਾਅਦ ਅਸੀਂ ਵੀ ਨਹੀਂ ਕਰਨੀ। ਅਸੀਂ ਤਾਂ ਸਾਰਿਆਂ ਨਾਲ ਗੱਲ ਕਰਨੀ ਹੈ, ਸਾਰਿਆਂ ਨਾਲ ਵਿਚਾਰ ਚਰਚਾ ਕਰਨੀ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਇਹ ਸਾਡੀ ਕੋਸ਼ਿਸ਼ ਹੈ। ਕੋਈ ਬਾਕੀ ਨਹੀਂ, ਸਾਰੇ ਗੁਰੂ ਨਾਲ ਜੁੜੇ ਹੋਏ ਹਾਂ, ਸੱਚੇ ਪਾਤਸ਼ਾਹ ਦੇ ਨਾਲ ਜੁੜੇ ਹੋਏ ਹਾਂ। ਸਾਡੇ ਮਨ 'ਚ ਭਾਵਨਾ ਸੀ ਕਿ ਅਸੀਂ ਗਲਤੀਆਂ ਕੀਤੀਆਂ ਨੇ, ਗਲਤੀਆਂ ਹੋਈਆਂ ਨੇ, ਉਹਦੀ ਜਾ ਕੇ ਗੁਰੂ ਅੱਗੇ ਸੱਚੇ ਪਾਤਸ਼ਾਹ ਅੱਗੇ ਪ੍ਰਾਰਥਨਾ ਕਰਦੇ ਮਾਫ਼ੀ ਮੰਗਦੇ। ਉਹ ਅੱਜ ਮਾਫ਼ੀ ਮੰਗੀ ਗਈ, ਅੱਜ ਸਾਰਾ ਬੋਝ ਲੈ ਗਿਆ। ਗੁਰੂ ਅੱਗੇ ਇਹ ਅਰਦਾਸ ਰੱਖਦੇ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ ਇਸੇ ਲੁੱਟ ਹਿੰਮਤ ਦੇਵੇ, ਤਾਕਤ ਦੇਵੇ, ਅਸੀਂ ਹੌਸਲੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋ ਸਕੀਏ, ਜਿਹਦੇ ਨਾਲ ਜਿਹੜਾ
ਤੁਹਾਡੇ ਮਨ ਦੇ ਉੱਤੇ ਬੋਝ ਹੈ ਉਹ ਲੈ ਜਾਵੇ। ਤੁਸੀਂ ਕਹਿ ਰਹੇ ਹੋ ਸਭ ਤੋਂ ਪਹਿਲੀ ਤੁਹਾਡੀ ਜਿਹੜੀ ਮਾਫ਼ੀ ਜਿਹਦੇ 'ਤੇ ਮੰਗ ਰਹੇ ਹੋ, ਉਹਨਾਂ ਕਿਹਾ ਜਦੋਂ ਪਰਚਾ ਖਾਰਜ ਹੋਇਆ ਉਦੋਂ ਤੁਸੀਂ ਲੋਕਾਂ ਨੇ ਸਹਿਮਤੀ ਜਿਤਾਈ ਸੀ। ਪਰਚਾ ਕਿਹੜਾ ਖਾਰਜ ਹੋਇਆ ਸੀ? ਜਦੋਂ 2012 'ਚ ਪਰਚਾ ਅਕਾਲੀ ਦਲ ਵੱਲੋਂ ਕੈਂਸਲ ਕੀਤਾ ਗਿਆ ਸੀ ਸਲਾਬਤਪੁਰੇ ਦੇ ਵਿੱਚ, ਮੈਂ ਕਦੇ ਉਹਦੇ 'ਚ ਸ਼ਾਮਿਲ ਨਹੀਂ ਹੋਇਆ। ਕਦੇ ਤੁਸੀਂ ਉਸ ਪਾਰਟ ਦਾ ਅਕਾਲੀ ਦਲ ਦਾ? ਮੈਂ ਸਾਰੀ ਪਾਰਟੀ ਸੀ ਉਹਦਾ, ਉਹ ਉਸੇ ਗੱਲ ਦੀ ਮਾਫ਼ੀ ਮੰਗਣਾ ਆ। ਜੇ ਉਹ ਅਸੀਂ ਉਦੋਂ ਬੋਲੇ ਹੁੰਦੇ ਉਦੋਂ ਕੀਤਾ ਹੁੰਦਾ ਫਿਰ ਤਾਂ ਆਉਣ ਦੀ ਲੋੜ ਹੀ ਨਹੀਂ ਸੀ। ਅਸੀਂ ਇਸੇ ਗੱਲ ਦੀ ਮਾਫ਼ੀ ਮੰਗ ਰਹੇ ਹਾਂ ਕਿ ਅਸੀਂ ਸਰਕਾਰ ਦਾ ਪਾਰਟ ਸੀ ਪਰ ਅਸੀਂ ਉਦੋਂ ਬੋਲੇ ਨਹੀਂ, ਚੁੱਪ ਰਹੇ, ਉਸ ਗੱਲ ਦੀ ਗੁਰੂ ਅੱਗੇ ਮਾਫ਼ੀ। ਕੀ ਰਣਨੀਤੀ ਹੈਗੀ ਅਗਲੀ ਹੁਣ ਤੋਂ? ਅੱਗੇ ਉਹ ਫਿਰ ਬਾਅਦ 'ਚ ਦੱਸਾਂਗੇ। ਅੱਜ ਜਿਹੜੀ ਸਿੰਘ ਸਾਹਿਬ ਨਾਲ ਮੁਲਾਕਾਤ ਵੀ ਹੋਈ ਆ, ਉਹਨਾਂ ਕੋਲ ਜਾ ਕੇ ਹੱਥ ਜੋੜ ਕੇ ਐਪਲੀਕੇਸ਼ਨ ਦਿੱਤੀ ਉਹਨੂੰ ਕਿ ਜੋ ਵੀ ਸਾਡੀ ਸਜ਼ਾ ਬਣਦੀ ਹੈ ਜੋ ਤੁਸੀਂ ਠੀਕ ਮੰਨਦੇ। ਦੇਖੋ ਮੁੱਦੇ ਤੁਹਾਨੂੰ ਸਾਰਿਆਂ ਨੂੰ ਪਤਾ, ਮੇਰੇ ਕਹਿਣ ਦੀ ਲੋੜ ਨਹੀਂ। ਸਿੰਘ ਸਾਹਿਬ ਨੂੰ ਦੱਸਿਆ ਐਪਲੀਕੇਸ਼ਨ ਦਿੱਤੀ। अमृतसर में भारतीय जनता पार्टी और हिंदू संगठनों ने मिलकर शहरटा थाना क्षेत्र में राहुल गांधी का पुतला फूंककर विरोध प्रदर्शन किया। इस मौके पर बीजेपी नेता रमन कुमार ने बातचीत करते हुए कहा कि वे राहुल गांधी का पुतला फूंककर उनका विरोध कर रहे हैं। इसका यही कारण है कि राहुल गांधी अक्सर हिंदुओं के खिलाफ, भगवान राम के खिलाफ, राम मंदिर के खिलाफ, सनातन के खिलाफ बोलते हैं। उन्होंने कहा कि बार बार राहुल गांधी का विरोध करते हैं लेकिन उन्हें इस बात की परवाह नहीं है कि हिंदू इस बात से नाराज हैं। उन्होंने कहा कि इस देश में 100 करोड़ हिंदू रहते हैं लेकिन राहुल गांधी कुछ लोगों को खुश करने के लिए हिंदुओं के खिलाफ और उनके सनातन धर्म के खिलाफ बोलते रहते हैं। अमृतसर से हलचल के लिए सुनील खोसला की रिपोर्ट। ਅੱਜ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਔਰ ਹਿੰਦੂ ਸੰਗਠਨਾਂ ਦੇ ਲੋਕ ਇੱਥੇ ਰਾਹੁਲ ਗਾਂਧੀ ਦਾ ਪੁਤਲਾ ਫੂਕਣ ਵਾਸਤੇ ਇਕੱਠੇ ਹੋਏ ਹਾਂ ਕਿਉਂਕਿ ਰਾਹੁਲ ਗਾਂਧੀ ਨੇ ਕੱਲ੍ਹ ਸੰਸਦ ਦੇ ਵਿੱਚ ਇਹ ਕਿਹਾ ਆ ਕਿ ਜਿਹੜੇ ਹਿੰਦੂ ਹਿੰਸਕ ਨੇ, ਜਿਹੜੇ ਹਿੰਦੂ ਆ ਹਿੰਸਕ ਨੇ, ਜਿਹਦਾ ਅਸੀਂ ਵਿਰੋਧ ਕਰਨ ਵਾਸਤੇ ਅੱਜ ਇੱਥੇ ਇਕੱਠੇ ਹੋਏ ਹਾਂ। ਅਸੀਂ ਰਾਹੁਲ ਗਾਂਧੀ ਨੂੰ ਇਹ ਕਹਿ ਦੇਣਾ ਚਾਹੁੰਦੇ ਹਾਂ ਕਿ ਹਿੰਦੂ ਜੇ ਹਿੰਸਕ ਹੁੰਦਾ ਤਾਂ ਇਸ ਦੇਸ਼ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਨਾ ਵੱਧਦੀ, ਜੇ ਹਿੰਦੂ ਹਿੰਸਕ ਹੁੰਦਾ ਤਾਂ ਇਸ ਦੇਸ਼ ਦੇ ਵਿੱਚ ਮੁਸਲਮਾਨ ਨਹੀਂ ਹੁੰਦੇ। ਹਿੰਦੂ ਇੱਕ ਸ਼ਾਂਤੀ ਪ੍ਰੀਏ ਲੋਕ ਆ ਔਰ ਹਿੰਦੂ ਇਹ ਸੋਚ ਹਿੰਦੂਆਂ ਦੀ ਇਹ ਸੋਚ ਆ ਜੀਓ ਔਰ ਜੀਣੇ ਦਿਓ। ਜੇ ਉਹਨਾਂ ਨੂੰ ਕੋਈ ਛੇੜੇਗਾ ਫਿਰ ਹਿੰਦੂ ਜ਼ਰੂਰ ਹਿੰਸਕ ਆ, ਜੇ ਉਹਨਾਂ ਨੂੰ ਕੋਈ ਤੰਗ ਕਰੇਗਾ ਫਿਰ ਹਿੰਦੂ ਜ਼ਰੂਰ ਹਿੰਸਕ ਆ। ਹਿੰਦੂ ਚਾਹੁੰਦਾ ਆ ਕਿ ਦੇਸ਼ ਦੇ ਵਿੱਚ ਸ਼ਾਂਤੀ ਰਹੇ, ਦੇਸ਼ ਤਰੱਕੀ ਕਰੇ, ਇਸੇ ਕਰਕੇ ਤੀਸਰੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ। ਔਰ ਕਾਂਗਰਸ ਅੱਜ ਹਤਾਸ਼ ਹੈ, ਉਹਨਾਂ ਨੂੰ ਨਜ਼ਰ ਆ ਰਿਹਾ ਕਿ ਅਸੀਂ 10 ਸਾਲ ਬਾਅਦ ਵੀ 99 ਸੀਟਾਂ ਲੈ ਕੇ ਵੀ ਫਿਰ ਅਸੀਂ ਆਪਣੀ ਸਰਕਾਰ ਨਹੀਂ ਬਣਾ ਪਾਏ ਔਰ ਉਹਨਾਂ ਨੂੰ ਵਿਸ਼ਵਾਸ ਉਹਨਾਂ ਦਾ ਖਤਮ ਹੋ ਰਿਹਾ ਕਿ ਚੌਥੀ ਵਾਰੀ ਫਿਰ ਜਦੋਂ ਅਗਲੀ ਵਾਰੀ ਸਰਕਾਰ ਬਣੇਗੀ ਫਿਰ ਅੱਗੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵਾਲੀ ਆ। ਉਹ ਇਹ ਮੈਂ 5 ਸਾਲ ਪਹਿਲਾਂ ਭਵਿੱਖਬਾਣੀ ਕਰ ਰਿਹਾ ਕਿ ਪੰਜਵੀਂ ਜਿਹੜੀ ਚੌਥੀ ਵਾਰੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨਗੇ। ਮੈਂ ਰਮਨ ਕੁਮਾਰ ਛਿਆੜਾ ਜੀ, ਪੰਜਾਬ ਸੈਕਟਰੀ ਵਪਾਰ ਸੈੱਲ ਭਾਰਤੀ ਜਨਤਾ ਪਾਰਟੀ ਤੋਂ। ਅੱਜ ਅਸੀਂ ਰਾਹੁਲ ਗਾਂਧੀ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ, ਉਹਦਾ ਪੁਤਲਾ ਫੂਕਿਆ ਅੱਜ ਅਸੀਂ। ਉਹਦੀ ਵਜ੍ਹਾ ਕੀ ਹੈ ਕਿ ਅਕਸਰ ਰਾਹੁਲ ਗਾਂਧੀ ਜਿਹੜਾ ਵਾ ਹਿੰਦੂਆਂ ਦੇ ਖਿਲਾਫ, ਪ੍ਰਭੂ ਰਾਮ ਦੇ ਖਿਲਾਫ, ਰਾਮ ਮੰਦਿਰ ਦੇ ਖਿਲਾਫ, ਸਨਾਤਨ ਦੇ ਖਿਲਾਫ ਬੋਲਦਾ ਰਹਿੰਦਾ ਵਾ। ਅਸੀਂ ਵਾਰ ਵਾਰ ਵਿਰੋਧ ਕਰਦੇ ਹਾਂ ਰਾਹੁਲ ਗਾਂਧੀ ਦਾ, ਪਰ ਉਸ ਬੰਦੇ ਦੇ ਕੰਨਾਂ 'ਤੇ ਜੂੰ ਨਹੀਂ ਰੇਂਗਦੀ। ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਹਿੰਦੂ ਇਸ ਗੱਲ 'ਤੇ ਚਿੜਦੇ ਨੇ, ਹਿੰਦੂਆਂ ਦੇ ਖਿਲਾਫ਼ 100 ਕਰੋੜ ਇਸ ਦੇਸ਼ 'ਚ ਹਿੰਦੂ ਰਹਿੰਦਾ ਵਾ, ਪਰ ਰਾਹੁਲ ਗਾਂਧੀ ਕੁਛ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹਿੰਦੂਆਂ ਦੇ ਖਿਲਾਫ਼ ਅਤੇ ਹਿੰਦੂ ਜਿਹੜੇ ਆਪਣਾ ਸਨਾਤਨ ਦੇ ਖਿਲਾਫ਼ ਬੋਲਦਾ ਰਹਿੰਦਾ ਵਾ। ਪਰ ਹੁਣ ਸਾਡੇ ਹਿੰਦੂਆਂ ਦੀ
ਆਰ ਪਾਰ ਦੀ ਲੜਾਈ ਹੈ ਰਾਹੁਲ ਗਾਂਧੀ ਦੇ ਨਾਲ। ਅਸੀਂ ਹੁਣ ਦੱਸ ਦੇਣਾ ਚਾਹੁੰਦੇ ਹਾਂ ਕਿ 100 ਕਰੋੜ ਹਿੰਦੂਆਂ ਦੇ ਦੇਸ਼ ਦੇ ਵਿੱਚ ਤੂੰ ਰਹਿ ਕੇ ਇੱਥੋਂ ਦਾ ਤੂੰ MLA MP ਬਣ ਕੇ ਲੋਕ ਸਭਾ ਵਿੱਚ ਜਾ ਕੇ ਹਿੰਦੂਆਂ ਦੇ ਖਿਲਾਫ ਨਹੀਂ ਬੋਲ ਸਕਦਾ। ਇਹ ਅਕਸਰ ਕਹਿੰਦਾ ਵਾ ਕਿ ਹਿੰਦੂ ਮੰਦਰ ਜਾਂਦੇ ਆ ਅਤੇ ਮੰਦਰ ਜਾ ਕੇ ਕੁੜੀਆਂ ਛੇੜਦੇ ਆ। ਇਹ ਕਹਿੰਦਾ ਵਾ ਹਿੰਦੂਤਵਾਦੀਆਂ ਨੂੰ ਮੈਂ ਦੇਸ਼ 'ਚੋਂ ਬਾਹਰ ਕੱਢ ਦਾਂਗਾ। ਕਦੇ ਇਹ ਕਹਿੰਦਾ ਵਾ ਕਿ ਹਿੰਦੂਆਂ ਦੀ ਜਿਹੜੀ ਸ਼ਕਤੀ ਆ, ਜਿਹੜੀ ਹਿੰਦੂ ਧਰਮ ਦੀ ਸ਼ਕਤੀ ਆ, ਜਿਹਨੂੰ ਅਸੀਂ ਆਦਿ ਸ਼ਕਤੀ ਕਹਿੰਦੇ ਹਾਂ, ਕਿ ਉਹਦੇ ਨਾਲ ਮੈਂ ਲੜਾਂਗਾ, ਉਹਦੇ ਨਾਲ ਮੇਰੀ ਲੜਾਈ ਆ। ਬਰਨਾਲਾ ਮੇਂ ਕੇਂਦਰ ਸਰਕਾਰ ਕੇ ਖਿਲਾਫ 30 ਵਿਭਿੰਨ ਸੰਗਠਨੋਂ ਨੇ ਬੜਾ ਵਿਰੋਧ ਪ੍ਰਦਰਸ਼ਨ ਕਰ ਲੇਖਿਕਾ ਅਰੁੰਧਤੀ ਰੋਏ ਔਰ ਪ੍ਰੋਫੈਸਰ ਸੇਖ ਹੁਸੈਨ ਕੇ ਖਿਲਾਫ ਮੁਕੱਦਮਾ ਦਰਜ ਕਰਨੇ ਔਰ ਗ੍ਰਿਫਤਾਰੀ ਕਾ ਵਿਰੋਧ ਕੀਆ। ਵਹੀਂ ਕੇਂਦਰ ਸਰਕਾਰ ਦੁਆਰਾ ਲਾਗੂ ਕੀਏ ਗਏ ਨਵੇਂ ਅਪਰਾਧਿਕ ਕਾਨੂੰਨੋਂ ਕਾ ਵਿਰੋਧ ਵੀ ਕੀਆ ਗਿਆ। ਇਸ ਮੌਕੇ ਪਰ ਕਚਹਿਰੀ ਚੌਂਕ ਸੇ DC ਦਫ਼ਤਰ ਤੱਕ ਰੋਸ ਮਾਰਚ ਨਿਕਾਲ ਕਰ ਨਵੇਂ ਫੌਜਦਾਰੀ ਕਾਨੂੰਨ ਕੀ ਕਾਪੀਆਂ ਜਲਾ ਕਰ ਪ੍ਰਦਰਸ਼ਨ ਕੀਆ ਗਿਆ। ਇਸ ਮੌਕੇ ਪਰ ਪ੍ਰਦਰਸ਼ਨਕਾਰੀਓ ਨੇ ਕਿਹਾ ਕਿ ਕੇਂਦਰ ਸਰਕਾਰ ਲੋਗੋਂ ਕੋ ਚੁੱਪ ਕਰਾ ਕਰ ਬੋਲਣੇ ਕੀ ਆਜ਼ਾਦੀ ਛੀਨ ਰਹੀ ਹੈ। ਨਵੇਂ ਕਾਨੂੰਨ ਵੀ ਕਾਲੇ ਕਾਨੂੰਨੋਂ ਕਾ ਹਿੱਸਾ ਹੈ ਜਿਨ੍ਹੇ ਵਾਪਸ ਲਿਆ ਜਾਣਾ ਚਾਹੀਏ। ਤੋ ਵਹੀਂ ਉਹਨੇ ਅਰੁੰਧਤੀ ਰੋਏ ਔਰ ਪ੍ਰੋਫੈਸਰ ਸੇਖ ਹੁਸੈਨ ਕੀ ਰਿਹਾਈ ਕੀ ਮੰਗ ਕੀ ਹੈ। ਇਸ ਮੌਕੇ ਪਰ ਸੰਗਠਨੋਂ ਕੇ ਨੇਤਾਓਂ ਨੇ ਕਿਹਾ ਕਿ ਇਹ ਪ੍ਰਦਰਸ਼ਨ ਦੋ ਮਹੱਤਵਪੂਰਨ ਮੁੱਦੋਂ ਕੋ ਲੈ ਕਰ ਕੀਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਗਰ ਕੇਂਦਰ ਸਰਕਾਰ ਨੇ ਇਨ ਦੋਨੋਂ ਮਾਮਲੋਂ ਮੇਂ ਜਨਹਿਤੈਸ਼ੀ ਫੈਸਲਾ ਨਹੀਂ ਲਿਆ ਤੋ ਸੰਘਰਸ਼ ਔਰ ਤੇਜ਼ ਵ ਤੀਵਰ ਹੋਗਾ। ਬਰਨਾਲਾ ਸੇ ਹਲਚਲ ਕੇ ਲਈ ਵਿਨੋਦ ਸ਼ਰਮਾ ਕੀ ਰਿਪੋਰਟ। ਪਰਮਜੀਤ ਕੌਰ ਹੈ। ਇਹਦੇ ਵਿੱਚ ਨਾ ਸਾਡੇ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਇਹਦੇ ਇਹਨਾਂ ਦੀ ਅਗਵਾਈ ਦੇ ਵਿੱਚ ਬਾਕੀ ਸਾਰੀਆਂ ਜਨਤਕ ਜਥੇਬੰਦੀਆਂ ਨੇ 26 ਤਰੀਕ ਨੂੰ ਪੰਜਾਬ ਪੱਧਰ ਦੀ ਸਾਡੀ ਤਰਕਸ਼ੀਲ ਭਵਨ ਦੇ ਵਿੱਚ ਮੀਟਿੰਗ ਹੋਈ ਸੀ। ਉੱਥੇ ਉਹਨਾਂ ਦੇ ਮੁਤਾਬਕ ਇਹ ਤੈਅ ਹੋਇਆ ਸੀ ਕਿ 1 ਤਰੀਕ ਨੂੰ ਸਾਰੇ ਜਿਹੜੀਆਂ ਹੈਗੀਆਂ ਨੇ ਕਾਲੇ ਕਾਨੂੰਨ ਜੋ ਨਵੇਂ ਥੋਪੇ ਜਾ ਰਹੇ ਨੇ ਉਹਨਾਂ ਦੇ ਪ੍ਰੋਟੈਸਟ ਕੀਤੇ ਜਾਣਗੇ, ਕਾਪੀਆਂ ਸਾੜੀਆਂ ਜਾਣਗੀਆਂ। ਅਤੇ ਇੱਕ ਇਹ ਹੈ ਵੀ ਜਿਹੜਾ ਲੋਕਾਂ ਦੇ ਵਿੱਚ ਪਹਿਲਾਂ ਤੋਂ ਜਿਹੜਾ ਜ਼ਬਰ ਹੋ ਰਿਹਾ ਉਦੋਂ ਵੀ ਸਖ਼ਤ ਕਾਨੂੰਨ ਨੇ ਜਿਹੜੇ ਇਹ ਸਾਡੇ 'ਤੇ ਥੋਪੇ ਜਾ ਰਹੇ ਨੇ। ਇਸ ਕਰਕੇ ਅਸੀਂ ਲੋਕਾਂ ਨੂੰ ਪਹਿਲਾਂ ਹੀ ਅਵੇਅਰ ਕਰਨ ਦੀ ਖਾਤਰ ਮਤਲਬ ਸਾਰੀਆਂ ਜਨਤਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਸੀ ਵੀ 1 ਤਰੀਕ ਨੂੰ ਸਾਰੇ ਜ਼ਿਲ੍ਹਾ ਪੱਧਰਾਂ 'ਤੇ ਇਕੱਠੇ ਹੋ ਕੇ ਅਤੇ ਰੋਸ ਮਾਰਚ ਵੀ ਕੀਤਾ ਜਾਊ ਅਤੇ ਉਹਨਾਂ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣੀਆਂ। ਦੂਸਰੀ ਗੱਲ, ਜਿਹੜਾ 2010 ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਮਤਲਬ ਮਸ਼ਹੂਰ ਲੋਕ ਕਾਰਕੁਨ ਨੇ ਅਰੁੰਧਤੀ ਰਾਏ ਅਤੇ ਪ੍ਰੋਫੈਸਰ ਸੇਖ ਸਾਹਿਬ 'ਤੇ 14 ਸਾਲਾਂ ਬਾਅਦ ਉਹਨਾਂ 'ਤੇ ਵੀ ਮਤਲਬ ਇੱਕ ਉਹਨਾਂ ਦੀ ਬੋਲਣ ਦੇ ਵਿੱਚ ਜਿਹੜਾ ਜੋ 14 ਸਾਲ ਪਹਿਲਾਂ ਬੋਲਿਆ ਸੀ ਉਹਦੇ ਉਹਨਾਂ ਨੇ ਇਹ ਤੇ ਲਾ ਕੇ JUPA ਲਾ ਕੇ ਉਹਨਾਂ 'ਤੇ ਕੇਸ ਦਰਜ ਕੀਤਾ। ਨਾਲ ਅਸੀਂ ਉਹੀ ਇੱਕ ਤਰ੍ਹਾਂ ਦਾ ਉਹ ਫਾਸੀਵਾਦ ਦਾ ਆਗਮਨ ਹੈ ਅਤੇ ਅਸੀਂ ਇਹ ਉਹ ਕੇਸ ਰੱਦ ਕਰਨ ਦੀ ਵੀ ਮੰਗ ਕਰਦੇ ਹਾਂ ਅਤੇ ਜਿਹੜੇ ਇਹ ਕਾਲੇ ਕਾਨੂੰਨ ਨੇ ਇਹਨਾਂ ਦਾ ਵੀ ਵਿਰੋਧ ਕਰਦੇ ਹਾਂ। ਅੱਜ ਦੇ ਦਿਨ ਦੇ ਵਿੱਚ ਅਸੀਂ ਇਹਨੂੰ DC ਦਫ਼ਤਰ ਤੱਕ ਰੋਸ ਮਾਰਚ ਕਰਾਂਗੇ, ਉੱਥੇ ਕਾਪੀਆਂ ਫੂਕਾਂਗੇ ਅਤੇ ਉਹਨਾਂ ਨੂੰ ਮੈਮੋਰੈਂਡਮ ਦੇਵਾਂਗੇ। ਇਸ ਤੋਂ ਅੱਗੇ ਜਿਹੜਾ ਵੀ ਸਾਡਾ ਪ੍ਰੋਗਰਾਮ 21 ਤਰੀਕ ਨੂੰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਵੱਡੀ ਕਾਨਫਰੰਸ ਹੋ ਰਹੀ ਹੈ ਪੰਜਾਬ ਪੱਧਰ ਦੀ, ਉਸ ਤੋਂ ਅੱਗੇ ਵੀ ਜੋ ਸਾਨੂੰ ਸੱਦਾ ਆਊਗਾ ਅਸੀਂ ਉਹ ਅੱਗੇ ਦੀ ਅੱਗੇ ਪ੍ਰੋਟੈਸਟ ਕਰਦੇ ਰਹਾਂਗੇ। ਸੋਹਣ ਸਿੰਘ ਮਾਝੀ, ਪ੍ਰਧਾਨ ਜਮਹੂਰੀ ਅਧਿਕਾਰ ਸਭਾ ਇਕਾਈ ਬਰਨਾਲਾ। ਸੋਹਣ ਸਿੰਘ ਜੀ, ਜਿਹੜਾ ਅੱਜ ਦਾ ਕਿਸ ਤਰ੍ਹਾਂ ਜਥੇਬੰਦੀ ਦਾ ਸਾਥ ਰਿਹਾ ਅਤੇ ਕਿਸ ਕਿਸ ਮੁੱਦੇ ਨੂੰ ਲੈ ਕੇ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ? ਸਾਡਾ ਬੇਸਿਕ ਜਿਹੜਾ ਦੋ ਮੁੱਦੇ ਸੀਗੇ ਅੱਜ ਦੇ, ਅਰੁੰਧਤੀ ਰਾਏ ਅਤੇ ਪ੍ਰੋਫੈਸਰ ਸੇਖ ਹੁਸੈਨ ਨੂੰ ਜਿਹੜੀ JUPA ਦੇ ਅੰਡਰ ਲੈ ਕੇ ਜਾ ਰਹੇ ਨੇ, ਹੁਣ ਤੋਂ 14 ਸਾਲ ਪੁਰਾਣੇ ਕੇਸ ਦੇ ਵਿੱਚ 2010 'ਚ ਉਹਨਾਂ 'ਤੇ ਕੇਸ ਹੋਇਆ ਸੀਗਾ, ਜਿਹੜੇ ਉੱਧਰ ਉਹਨਾਂ 'ਤੇ ਹੁਣ ਲਾਗੂ ਕਰ ਰਹੇ ਨੇ
ਇਹ ਸਾਨੂੰ ਐਂ ਲੱਗਦਾ ਜੀ ਬਕਾਇਦਾ ਇਹ ਇੱਕ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਹੈ ਉਹਨਾਂ ਦੀ। ਦੂਸਰਾ ਜਿਹੜੇ ਅੱਜ ਤੋਂ 3 ਫੌਜਦਾਰੀ ਕੇਸ ਨੇ ਜਿਹੜੇ ਜਾਂ ਕਾਨੂੰਨ ਨੇ ਜਿਹੜੇ ਉਹ ਲਾਗੂ ਕਰਨ ਜਾ ਰਹੀ ਹੈ ਸਰਕਾਰ। ਅਸੀਂ ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਸਾਥੀ ਜਿੰਨੀਆਂ ਵੀ ਸਾਡੀਆਂ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਨੇ 40 ਦੇ ਲਗਭਗ ਅਸੀਂ ਇਕੱਤਰ ਹੋਏ ਸੀ। ਉਹਨਾਂ ਦੀ ਇਹ ਸਮਝ ਬਣਦੀ ਹੈ ਵੀ ਜਿਹੜੇ ਇਹ ਕਾਨੂੰਨ ਨੇ ਇਹ ਲੋਕਾਂ ਨੂੰ ਜਿਹੜੀ ਮਾੜੀ ਮੋਟੀ ਬੋਲਣ ਦੀ ਆਜ਼ਾਦੀ ਆ ਉਹ ਵੀ ਖਤਮ ਕਰਨ ਜਾ ਰਹੇ ਨੇ। ਸੋ ਅਸੀਂ ਲੋਕਾਂ ਨੂੰ ਇਸ ਗੱਲ 'ਤੇ ਅਵੇਅਰ ਕਰਦੇ ਹਾਂ ਵੀ ਇਹ ਕਾਨੂੰਨਾਂ ਦਾ ਜਿਹੜਾ ਵਿਰੋਧ ਹੋਣਾ ਚਾਹੀਦਾ ਅਤੇ ਇਹ ਵਾਪਸ ਲੈਣੇ ਚਾਹੀਦੇ ਨੇ। ਜਿਵੇਂ ਪਹਿਲੋਂ 3 ਖੇਤੀ ਕਾਨੂੰਨ ਨੇ ਉਹ ਵੀ ਸਰਕਾਰ ਨੇ ਠੋਸੇ ਸੀ, ਉਸੇ ਢੰਗ ਨਾਲ ਇਹ ਜਿਹੜੇ ਕਾਨੂੰਨ ਨੇ ਸਾਡੀਆਂ ਜਿਹੜੀਆਂ ਆਜ਼ਾਦੀਆਂ ਦੇ ਜਿਹੜੀਆਂ ਸਾਨੂੰ ਨਿਗੂਣੀਆਂ ਪਹਿਲੀ ਥੋੜ੍ਹੀਆਂ ਮਿਲੀਆਂ ਹੋਈਆਂ ਨੇ ਉਹ ਵੀ ਖਤਮ ਹੋਣ ਜਾ ਰਹੀਆਂ ਨੇ। ਇੱਕ ਪੁਲਿਸ ਦਾ ਥਾਣੇਦਾਰ ਜਦੋਂ ਚਾਹੇ ਅਤੇ ਜਿਹੜਾ ਮਰਜ਼ੀ ਪਰਚਾ ਦਰਜ ਕਰ ਸਕਦਾ, 90 ਦਿਨ ਤੱਕ ਤੁਸੀਂ ਥਾਣੇ 'ਚ ਪੁਲਿਸ ਰਿਮਾਂਡ 'ਤੇ ਰਹਿ ਸਕਦੇ ਹੋ। ਸੋ ਅਸੀਂ ਸੋਚਦੇ ਹਾਂ ਵੀ ਇਹ ਕਾਨੂੰਨ ਨੇ ਜਿਹੜੇ ਇਹ ਮਨੁੱਖੀ ਆਜ਼ਾਦੀਆਂ ਨੇ ਜਿੰਨੀਆਂ ਉਹਨਾਂ ਨੂੰ ਖਤਮ ਕਰਨ ਵਾਲੇ ਨੇ ਅਤੇ ਇਹ ਵਾਪਸ ਹੋਣੇ ਚਾਹੀਦੇ। ਮੇਰਾ ਨਾਮ ਮਾਸਟਰ ਰਾਜਿੰਦਰ ਭਦੌੜ, ਮੈਂ ਤਰਕਸ਼ੀਲ ਸੁਸਾਇਟੀ ਤੋਂ। ਤਰਕਸ਼ੀਲ ਸੁਸਾਇਟੀ ਦੇ ਵਿੱਚ ਮੇਰੀ ਡਿਊਟੀ ਸੂਬਾਈ ਜਥੇਬੰਦਕ ਮੁਖੀ ਦੇ ਤੌਰ 'ਤੇ ਹੈ। ਪਿਛਲੇ ਦਿਨਾਂ 'ਚ 26 ਤਰੀਕ ਨੂੰ ਹੀ ਤਰਕਸ਼ੀਲ ਭਵਨ ਬਰਨਾਲੇ ਦੇ ਵਿੱਚ ਹੀ 40 ਤੋਂ ਉੱਪਰ ਜਥੇਬੰਦੀਆਂ ਦੀ ਜਿਹੜੇ ਹਾਜ਼ਰ ਸੀ ਉਹਨਾਂ ਦੀ ਮੀਟਿੰਗ ਹੋਈ ਸੀ ਅਤੇ ਬਹੁਤ ਸਾਰੀਆਂ ਦਰਜਣਾਂ ਜਥੇਬੰਦੀਆਂ ਨੇ ਫਿਰ ਫੋਨ ਰਾਹੀਂ ਸਹਿਮਤੀ ਦਿੱਤੀ ਸੀ ਅੱਜ ਦੇ ਇਸ ਐਕਸ਼ਨ ਦੇ ਲਈ। ਅੱਜ ਦਾ ਜਿਹੜਾ ਐਕਸ਼ਨ ਸੀ ਇਹ ਫੌਰੀ ਤੌਰ 'ਤੇ ਜਿਹੜਾ 1 July 2024 ਤੋਂ 3 ਫੌਜਦਾਰੀ ਕਾਨੂੰਨ ਜਿਹੜੇ ਅੱਜ ਤੋਂ ਲਾਗੂ ਕੀਤੇ ਜਾ ਰਹੇ ਆ, ਜਿਹੜੇ ਅਸੀਂ ਸਮਝਦੇ ਹਾਂ ਜਾਬਰ ਕਾਨੂੰਨ ਹੈ, ਜਿਨ੍ਹਾਂ ਦੇ ਵਿੱਚ ਲੋਕਾਂ ਦੇ ਉੱਤੇ ਹੋਰ ਜਿਹੜਾ ਜ਼ਬਰ ਆ ਉਹ ਵਧਣਾ ਹੈਗਾ, ਉਹਨਾਂ ਨੂੰ ਰੱਦ ਕਰਾਉਣ ਲਈ ਸੰਕੇਤਕ ਤੌਰ 'ਤੇ ਉਹਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਨਾਲ ਹੀ ਜਿਹੜਾ ਪਿਛਲੇ ਜੂਨ ਦੇ ਅੱਧ ਦੇ ਵਿੱਚ ਦੁਨੀਆ ਦੀ ਮਸ਼ਹੂਰ ਲੇਖਕ ਆ ਜਿਹੜੀ ਭਾਰਤ ਦੀ ਵਸਨੀਕ ਹੈ, ਭਾਰਤ ਦੀ ਨਾਗਰਿਕ ਹੈ ਅਰੁੰਧਤੀ ਰਾਏ ਅਤੇ ਪ੍ਰੋਫੈਸਰ ਸ਼ੇਖ ਸ਼ੌਕਤ ਹੁਸੈਨ, ਉਹਨਾਂ ਦੇ ਖਿਲਾਫ਼ ਇੱਕ 2010 ਦੇ ਵਿੱਚ ਉਹਨਾਂ ਵੱਲੋਂ ਕੀਤੀ ਗਈ ਇੱਕ ਸੈਮੀਨਾਰ ਦੇ ਵਿੱਚ ਤਕਰੀਰ ਨੂੰ ਲੈ ਕੇ ਜਿਹੜਾ ਉਹਨਾਂ ਦੇ ਖਿਲਾਫ਼ UAPA ਕਾਨੂੰਨ ਦੇ ਤਹਿਤ ਕਾਰਵਾਈ ਕਰਨ ਨੂੰ ਦਿੱਲੀ ਦੇ ਗਵਰਨਰ ਨੇ ਮਨਜ਼ੂਰੀ ਦਿੱਤੀ ਹੈ। ਅਸੀਂ ਉਹ UAPA ਦੀ ਜਿਹੜੀ ਦਿੱਤੀ ਮਨਜ਼ੂਰੀ ਆ ਉਹਨੂੰ ਰੱਦ ਕਰਨ ਅਤੇ ਉਹਨਾਂ ਤੋਂ ਜਿਹੜੇ ਇਹ ਝੂਠੇ ਜ਼ਬਰ ਕੇਸ ਪਾਏ ਗਏ ਆ ਦੋਹਾਂ ਦੇ ਉੱਤੇ, ਪ੍ਰੋਫੈਸਰ ਸ਼ੇਖ ਹੁਸੈਨ ਅਤੇ ਰੰਤੀ, ਉਹਨਾਂ ਨੂੰ ਰੱਦ ਕਰਾਉਣ ਦੇ ਲਈ ਅੱਜ ਦਾ ਜਿਹੜਾ ਇਹ ਸਾਡਾ ਸੰਕੇਤਕ ਪ੍ਰੋਗਰਾਮ ਸੀ। ਅਤੇ ਇਸ ਤੋਂ ਬਾਅਦ ਇਸ ਦੀ ਅਗਲੀ ਕੜੀ ਵਜੋਂ ਜਲੰਧਰ ਵਿਖੇ 21 July ਨੂੰ ਪੂਰੀਆਂ ਪੰਜਾਬ ਪੱਧਰ ਦੀਆਂ ਲਗਭਗ 60 ਜਥੇਬੰਦੀਆਂ ਨੇ ਉਹ ਕਨਵੈਨਸ਼ਨ ਕਰ ਰਹੀਆਂ ਤੇ ਉੱਥੇ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ। ਔਰ ਅਬ ਅੰਤ ਮੇਂ ਹਲਚਲ ਕੀ ਗਤੀਵਿਧੀਆਂ ਪਰ ਇੱਕ ਨਜ਼ਰ ਫਿਰ ਸੇ। ਅੰਮ੍ਰਿਤਸਰ ਮੇਂ 88 PT ਰੋਡ ਪਰ ਇੱਕ ਸਥਾਨੀਯ ਦੁਕਾਨਦਾਰ ਨੇ ਇੱਕ ਬਿਜਲੀ ਮਕੈਨਿਕ ਕੋ ਜ਼ਬਰਦਸਤੀ ਟ੍ਰਾਂਸਫਾਰਮਰ ਪਰ ਚੜਾ ਦਿਆ, ਕਰੰਟ ਲੱਗਨੇ ਸੇ ਯੁਵਕ ਕੀ ਹੋਈ ਮੌਤ। ਅੰਮ੍ਰਿਤਸਰ ਕੇ ਕੋਟ ਰੋਡ ਪਰ ਸਬਜ਼ੀ ਕਾਰੋਬਾਰੀ ਕੇ ਘਰ ਮੇਂ ਹੋਈ ਲੂਟ ਕੇ ਮਾਮਲੇ ਕੋ ਅੰਮ੍ਰਿਤਸਰ ਪੁਲਿਸ ਨੇ ਸੁਲਝਾਇਆ, 7 ਆਰੋਪੀਓਂ ਕੋ ਕੀਆ ਕਾਬੂ। ਅੰਮ੍ਰਿਤਸਰ ਪੁਲਿਸ ਨੇ ਗੁਪਤ ਸੂਚਨਾ ਕੇ ਆਧਾਰ ਪਰ ਨਾਕਾਬੰਦੀ ਕੇ ਦੌਰਾਨ ਇੱਕ ਯੁਵਕ ਕੋ ਕੀਆ ਗ੍ਰਿਫਤਾਰ, 5 ਕਿਲੋ ਹੈਰੋਇਨ ਕੀ ਬਰਾਮਦ। ਇਸਕੇ ਸਾਥ ਹੀ ਅਬ ਤੱਕ ਕੀ ਗਤੀਵਿਧੀਆਂ ਸਮਾਪਤ ਹੋਤੀਆਂ, ਔਰ ਤਾਜ਼ਾ ਜਾਣਕਾਰੀ ਕੇ ਲੀਏ ਦੇਖਤੇ ਰਹੀਏ ਹਲਚਲ।